जलंधर टाइम्स देख रहे सारे दर्शकों का स्वागत है। मैं सनी इस समय तुहाडे नाल तस्वीर सांझियां कर रहा जलंधर तो। ਕੀ ਨਾਮ ਹੈ ਮੈਡਮ ਤੁਹਾਡਾ? ਮੇਰਾ ਨਾਮ ਆਰਤੀ ਹੈ। ਕਿੱਥੇ ਦੇ ਰਹਿਣ ਵਾਲੇ ਤੁਸੀਂ? ਮੈਂ ਇੱਥੇ ਦੀ ਰਹਿਣ ਵਾਲੀ ਸੀਗੀ, ਇੱਥੇ ਮੇਰੇ ਸਹੁਰੇ ਸੀਗੇ ਤੇ ਮੈਂ ਆਪਣੇ ਮਾਇਕੇ ਹੋਈ ਜੀ। ਮੈਨੂੰ 2 ਸਾਲ ਹੋ ਗਏ ਇਹਨਾਂ ਰਿਲੇਸ਼ਨਸ਼ਿਪ 'ਚ। ਕਿਹਦੇ ਨਾਲ? ਵਿਸ਼ਾਲ ਦੇ ਨਾਲ। ਪਰ ਮੈਨੂੰ ਇਹ ਹੋਰ ਮੈਨੂੰ ਇੰਨਾ ਨਹੀਂ ਪਤਾ ਹੈਗਾ, ਮੈਨੂੰ 2 ਵਾਰੀ ਇਹ ਲੈ ਗਿਆ। ਉਸ ਤੋਂ ਬਾਅਦ ਇਹ ਛੜੇ ਛੜਾਵਾ ਦੀ ਗੱਲ ਦੂਰ ਦੀ ਗੱਲ ਹੈ, ਮੇਰੇ ਘਰ ਵਾਲੇ ਨੂੰ ਵੀ ਪਤਾ ਲੱਗ ਗਿਆ ਸੀਗਾ। ਠੀਕ ਆ, ਇਹ ਉਹਨੇ ਮੇਰੇ ਤੋਂ ਫੋਨ ਵੀ ਫੜਿਆ ਵਾ, ਪ੍ਰੂਫ ਫੋਟੋ ਵੀ ਸਾਰੇ ਹੈਗੇ ਆ ਜੇ ਮੈਂ ਝੂਠ ਬੋਲਦੀ ਆ ਤਾਂ। ਤੇ ਇਹ ਹੁਣ ਇਹ ਫਿਰ 2 ਵਾਰੀ ਪਹਿਲਾਂ ਮੈਨੂੰ ਲੈ ਗਿਆ, ਫਿਰ ਇਹਦੇ ਘਰ ਦੇ ਆਉਂਦੇ ਆ ਮੈਨੂੰ ਲੈ ਇਹਨੂੰ ਲੈ ਜਾਂਦੇ ਆ। ਹੁਣ ਤੀਸਰੀ ਵਾਰੀ ਫੇਰ ਲੈ ਗਿਆ ਸੀ, ਫਿਰ ਕਿਰਾਏ ਤੇ ਅਸੀਂ ਰਹਿ ਕੇ ਵੀ ਆਏ ਆ। ਆ ਹੁਣ ਜੇ ਪਰਸੋਂ ਚੌਥ ਦੀ ਗੱਲ ਆ ਜੀ। ਕਿੰਨੇ ਸਾਲਾਂ ਤੋਂ ਰਹਿ ਰਹੇ ਤੁਸੀਂ ਇਹਨਾਂ ਦੇ ਨਾਲ? 2 ਸਾਲ ਤੋਂ ਇਹਨਾਂ ਵਿਸ਼ਾਲ ਦੇ ਨਾਲ 2 ਸਾਲ ਤੋਂ ਸਾਡੀ ਗੱਲਬਾਤ ਹੈ। ਨਹੀਂ, ਜਿਹੜੇ ਮੁੰਡੇ ਨਾਲ ਤੁਸੀਂ ਰਹਿੰਦੇ ਹੋ ਉਹਨਾਂ ਦਾ ਨਾਮ ਤੇ ਉਹ ਕਿੱਥੇ ਦੇ ਰਹਿਣ ਵਾਲੇ ਆ? ਆ ਇੱਥੇ ਸਾਹਮਣੇ ਹੀ ਘਰ ਆ ਇਹਨਾਂ ਦਾ। ਨਹੀਂ, ਨਾਮ ਏਰੀਏ ਦਾ ਨਾਮ ਤੇ ਉਹਨਾਂ ਦਾ ਨਾਮ ਕੀ ਹੈ ਜਿਹਨਾਂ ਦੇ ਨਾਲ ਤੁਹਾਡਾ ਸਿਗਾਰ? ਇਹ ਹੈਗਾ ਏਰੀਆ ਛੋਟੀ ਚੌਂਕ ਪੱਕਾ ਬਾਗ। ਸਹੀ, ਤਾਂ ਉਹਦਾ ਨਾਮ ਕੀ ਮੁੰਡੇ ਦਾ? ਉਹਨੇ ਮੁੰਡੇ ਦਾ ਨਾਮ ਹੈਗਾ ਵਿਸ਼ਾਲ। ਸਹੀ, ਤੇ ਤੁਸੀਂ ਉਹਨੂੰ ਮਿਲੇ ਕਿੱਦਾਂ ਸੀ? ਮਿਲੇ ਇਹਨਾਂ ਦੇ ਮੁੰਡੇ ਨੇ। ਦੀਦੀ ਨੇ ਖਬਰ ਕਰ ਦਿੱਤੀ। ਇਹਨਾਂ ਦੇ ਮੁੰਡੇ ਨੇ ਖੁਦ ਮੈਨੂੰ ਕਿਹਾ ਸੀਗਾ ਕਿ ਤੂੰ ਮੇਰੇ ਨਾਲ ਗੱਲਬਾਤ ਕਰ, ਆਪਣਾ ਘਰ ਵਾਲ ਛੱਡ ਦੇ। ਇਹਦੇ ਮੁੰਡੇ ਕਰਕੇ ਮੈਂ ਘਰ ਬਾਹਰ ਹੁਣ ਛੱਡ ਦਿੱਤਾ। ਮੈਂ ਤਾਂ ਰਿਕਾਰਡਿੰਗਾਂ ਤੱਕ ਪਈਆਂ ਵਾਂ, ਜੇ ਤਾਂ ਮੈਂ ਰਿਕਾਰਡਿੰਗਾਂ ਵੀ ਸੁਣਾ ਦਵਾਂ। ਮੇਰੇ ਤੋਂ ਫੋਨ ਹੈ ਨਹੀਂਗਾ, ਮੇਰੇ ਘਰਦਿਆਂ ਕੋਲ ਸਾਰੇ ਪ੍ਰੂਫ ਹੈਗੇ ਆ। ਇਹ ਮੈਨੂੰ ਹੋਟਲਾਂ 'ਚ ਵੀ ਲੈ ਕੇ ਜਾਂਦਾ ਰਿਹਾ ਵਾ, ਦਿਨੇ ਵੀ ਲੈ ਕੇ ਜਾਂਦਾ ਰਿਹਾ, ਰਾਤ ਨੂੰ ਵੀ ਲੈ ਕੇ ਜਾਂਦਾ ਰਿਹਾ। ਪ੍ਰੂਫ ਉੱਥੇ ਵੀ ਹੋਟਲਾਂ 'ਚ ਵੀ ਸਾਰੇ ਪਏ ਆ। ਠੀਕ ਆ ਜੀ, ਆਹ ਪੇਪਰ ਆ ਤੁਹਾਨੂੰ। ਇਹ ਕਾਹਦਾ ਪੇਪਰ ਹੈ? ਇਹ ਪੇਪਰ ਇਹ ਆ ਕਿ ਮੈਂ ਆਪਣੇ ਘਰ ਵਾਲੇ ਨੂੰ, ਆਪਣੇ ਬੱਚੇ ਨੂੰ ਛੱਡਿਆ ਇੱਕ ਵਿਸ਼ਾਲ ਕਰਕੇ। ਵਿਸ਼ਾਲ ਨੇ ਤੁਹਾਡਾ ਬੇਟਾ ਵੀ ਹੈ? ਹਾਂਜੀ, ਮੇਰਾ ਬੇਟਾ। ਕਿੰਨੇ ਸਾਲ ਦਾ ਬੇਟਾ? 3 ਸਾਲ ਦਾ ਬੇਟਾ ਵਾ। ਤੁਹਾਡੇ ਪਹਿਲੇ ਵਿਆਹ ਨੂੰ ਕਿੰਨਾ ਟਾਈਮ ਹੋਇਆ ਸੀਗਾ? ਮੇਰੇ ਵਿਆਹ ਨੂੰ 4 ਸਾਲ ਹੋ ਚੁੱਕੇ। ਤੇ ਆਪਣੇ ਹਸਬੰਡ ਨੂੰ ਛੱਡਿਆ ਕਿੰਨਾ ਟਾਈਮ? ਨਾਲ ਹੀ ਗਲੀ ਇੱਥੇ ਹੋਇਆ ਸੀ ਪੱਕੇ। ਆਪਣੇ ਹਸਬੰਡ ਨੂੰ ਛੱਡਿਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ? ਮੇਰੇ ਛੱਡਿਆ ਹੋ ਚੱਲਾ ਵਾ 2 ਸਾਲ ਹੋ ਚੱਲੇ। ਕਿਉਂ ਛੱਡਿਆ ਸੀ ਤੁਸੀਂ ਉਹਨੂੰ? ਵਜ੍ਹਾ ਕੀ ਸੀ? ਵਜ੍ਹਾ ਵਿਸ਼ਾਲ। ਕੀ ਹੋਇਆ ਕਿ 2 ਸਾਲ ਉਹਨਾਂ ਨੂੰ ਛੱਡਣ ਤੋਂ ਬਾਅਦ ਤੁਸੀਂ ਇਹਨਾਂ ਦੇ ਨਾਲ ਹੀ ਰਹੇ? ਹਾਂਜੀ, ਵਿਸ਼ਾਲ ਸੀਗਾ। ਤੁਹਾਡੇ ਪਰਿਵਾਰ ਵੱਲੋਂ ਕੋਈ ਗੱਲ ਨਹੀਂ ਕੀਤੀ ਗਈ? ਤੁਹਾਡਾ ਪਰਿਵਾਰ ਵੱਲੋਂ ਮੇਰੇ ਸੁਣਾਈ ਨਹੀਂ ਹੋਈ। ਮੈਂ ਰਾਤੀ ਵੀ ਬੱਸ ਸਟੈਂਡ ਬੈਠੀ ਰਹੀ ਸੀ, ਮੇਰੀ ਸੁਣਾਈ ਨਹੀਂ ਹੋਈ ਕਿਸੇ ਨੇ। ਕੱਲ ਬੱਸ ਸਟੈਂਡ ਕੀ ਹੋਇਆ ਸੀ? ਇਹ ਹਸਬੰਡ ਨੂੰ ਛੱਡ ਛੁਡਾਏ ਦੀ ਗੱਲ, ਛੱਡਣ ਛੁਡਾਉਣ ਦਾ ਜਿਹੜਾ ਰੀਜ਼ਨ ਸੀਗਾ ਉਹ ਨੀਅਰ ਹੀ ਇੱਥੇ ਗਲੀ ਦੇ ਵਿੱਚ ਮੁੰਡੇ ਕਾਰੀਗਰ ਰਹਿੰਦੇ ਆ, ਉਹਨਾਂ ਨੂੰ ਲੈਟਰ ਫੜਾਉਂਦੇ, ਬੀਬੀ ਜੀ ਫੜੇ ਗਏ ਸੀਗੇ, ਚਿੱਠੀ ਫੜਾਉਂਦੇ, ਤੇ ਉਹਦੇ ਕਰਕੇ ਰੌਲਾ ਪਿਆ ਸੀਗਾ। ਤਾਂ ਉਹਦੇ ਤੁਹਾਡਾ ਨਾਮ ਕੀ ਸਰ? ਮੈਂ ਜੀ ਇੱਥੇ ਮੱਲਾ ਨਿਵਾਸੀ ਕਹਿ ਲਓ। ਆ ਜੋ ਇਹ ਜਾਮ ਲਾ ਰਹੇ ਨੇ, ਨਾਮ ਕੀ ਤੁਹਾਡਾ? ਮੇਰਾ ਨਾਮ ਹਰਵਿੰਦਰ ਸਿੰਘ ਹੈ ਜੀ। ਜੀ ਠੀਕ ਹੈ ਜੀ। ਬਾਕੀ ਜੀ ਉਹ ਤੁਸੀਂ ਵੈਰੀਫਾਈ ਕਰਨਾ ਨਾ, ਪਹਿਲੇ ਮੱਲਾ ਨਿਵਾਸੀਆਂ ਤੋਂ ਵੈਰੀਫਾਈ ਕਰੋ, ਦੈਨ ਆਫਟਰ ਇਹਨਾਂ ਦੀ ਗੱਲਬਾਤ ਪਹਿਲੇ ਸੁਣ ਲਓ, ਫਿਰ ਉਸ ਤੋਂ ਬਾਅਦ ਤੁਸੀਂ ਉਹਨਾਂ ਤੋਂ ਵੈਰੀਫਾਈ ਕਰੋ, ਫਿਰ ਕੋਈ ਗੱਲ ਕਰੋ। ਸੁਣ ਲਓ ਇਹਨਾਂ ਦੀ ਕੀ ਕਹਿੰਦੇ ਨੇ, ਪੁੱਛੋ, ਦੱਸੋ ਜੀ ਅੱਗੇ। ਹਾਂਜੀ, ਜਿੱਦਾਂ ਇਹ ਕੌਣ ਸੀ? ਇਹ ਵਿਸ਼ਾਲ ਦੇ ਪਾਪਾ ਨੇ। ਹਾਂਜੀ। ਅੱਛਾ, ਜਿਹੜੇ ਲੜਕੇ ਦੇ ਨਾਲ ਤੁਹਾਡੀ ਰਿਲੇਸ਼ਨ 'ਚ ਸੀਗੇ ਤੁਸੀਂ? ਹਾਂਜੀ ਹਾਂਜੀ, ਉਹ ਹੀ ਨੇ। ਅੱਛਾ, ਤੇ ਤੁਹਾਨੂੰ ਹੋਰ ਗੱਲਾਂ ਦੀਆਂ? ਇਹ ਜਿਹੜਾ ਕਹਿ ਰਹੇ ਵੀ ਲੈਟਰ ਫੜਦੇ, ਲੈਟਰ ਮੇਰੇ ਘਰਦਿਆਂ ਨਾਲ ਗੱਲਾਂ ਵੀ ਕਰਦਾ ਰਿਹਾ ਵਿਸ਼ਾਲ, ਇਦਾਂ ਦੀ ਵੀ ਕੋਈ ਗੱਲ ਨਹੀਂ? ਮੇਰੇ ਘਰਦਿਆਂ ਨਾਲ ਵੀ ਗੱਲਾਂ ਕੀਤੀਆਂ, ਮੇਰੇ ਚਾਚੇ ਨਾਲ ਵੀ ਗੱਲਾਂ ਕੀਤੀਆਂ। ਠੀਕ ਹੈ ਜੀ, ਬੋਲੋ ਤੁਸੀਂ। ਮੇਰੇ ਘਰਦਿਆਂ ਨਾਲ ਗੱਲਾਂ ਵੀ ਕਰਦਾ ਰਿਹਾ ਵਿਸ਼ਾਲ, ਮੇਰੇ ਚਾਚੇ ਉਹਨਾਂ ਨਾਲ ਗੱਲਾਂ ਕਰਦਾ ਰਿਹਾ, ਪਤੇ ਆਪ ਤਿਉ ਕੇ। ਠੀਕ ਆ, ਤੇ ਮੈਨੂੰ ਤਾਂ ਇਨਸਾਫ ਚਾਹੀਦਾ ਹੈ, ਮੈਂ ਬਈ ਰਹਿਣਾ ਹੈ, ਹੁਣ ਇੱਕ ਨਾਲ ਰਹਿਣਾ, ਮੈਂ ਬਦਨਾਮੀ ਵਾਰ-ਵਾਰ ਨਹੀਂ ਰਹੀ ਜਾਂਦੀ ਹੈਗੀ। ਨਹੀਂ, ਹੁਣ ਲੜਕੇ ਵੱਲੋਂ ਤੁਹਾਨੂੰ ਕੀ ਕਿਹਾ ਜਾ ਰਿਹਾ ਹੈ? ਲੜਕੇ ਵੱਲੋਂ ਮੈਨੂੰ ਬਦਨਾਮੀ? ਹੁਣ ਮੈਨੂੰ ਗਲਤ ਸਮਝ ਰਹੇ? ਗਲਤ ਮੈਨੂੰ ਇਨਸਾਫ ਚਾਹੀਦਾ, ਮੈਨੂੰ ਭਾਵੇਂ ਉਹ ਜਿੱਥੇ ਮਰਜ਼ੀ ਰੱਖੇ। ਮਾਮਲਾ ਕੁਛ ਨੀ ਸੀਗਾ, ਇਹਨਾਂ ਦੇ ਵਿਸ਼ਾਲ ਮੈਂ ਆਪਣਾ ਘਰ ਬਾਰ ਵਿਸ਼ਾਲ ਕਰਕੇ ਖਰਾਬ ਕਰ ਦਿੱਤਾ ਵਾ। ਠੀਕ ਆ ਜੀ, ਮੈਨੂੰ ਇਨਸਾਫ ਚਾਹੀਦਾ, ਬਸ ਮੈਨੂੰ ਇਨਸਾਫ ਦੇ ਦਿਓ। ਮੈਡਮ, ਸਭ ਤੋਂ ਪਹਿਲਾਂ ਨਾਮ ਦੱਸੋ, ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਆਰਤੀ ਆ। ਕਿੱਥੇ ਦੇ ਰਹਿਣ ਵਾਲੇ ਸੀ? ਮੈਂ ਜੰਡਿਆਲੇ ਦੀ ਰਹਿਣ ਵਾਲੀ ਆ, ਜੰਡਿਆਲਾ ਮੰਜਕੀ। ਤੇ ਤੁਸੀਂ, ਤੁਹਾਡਾ ਪਹਿਲੀ ਮੈਰਿਜ ਹੋਈ ਹੈ? ਤੁਹਾਡਾ? ਹਾਂਜੀ, ਪਹਿਲਾਂ ਮੈਰਿਜ ਹੋਈ ਹੈ ਮੇਰੀ। ਤੇ ਮੈਡਮ, ਤੁਸੀਂ ਇਹ ਦੱਸ ਦਿਓ ਕਿ ਜਿਹੜੀ ਤੁਸੀਂ ਹੁਣ ਇਹਨਾਂ ਦੇ ਨਾਲ ਤੁਸੀਂ ਅਰੋਪ ਲਗਾ ਰਹੇ ਹੋ, ਤੁਹਾਡੀ ਗੱਲਬਾਤ ਕੀ ਹੈ?
ਇਹਨਾਂ ਦੇ ਟੱਚ ਦੇ ਵਿੱਚ ਤੁਸੀਂ ਕਿੱਦਾਂ ਸੀ ਸਾਰਾ ਕੁਝ ਤਾਂ ਇਹਨਾਂ ਨੂੰ ਪਤਾ ਵਾ ਮੈਮ ਤੁਸੀਂ ਇਹਨਾਂ ਦੇ ਟੱਚ ਤੇ ਕਿੱਦਾਂ ਸੀ ਤੁਹਾਡੀ ਇਹਨਾਂ ਨਾਲ ਗੱਲ ਕਿੱਦਾਂ ਸਟਾਰਟ ਹੋਈ ਸੀ ਕਿੱਦਾਂ ਇਹਨਾਂ ਦੇ ਮੁੰਡੇ ਨੇ ਕੀਤੀ ਸੀ ਮੇਰੇ ਨਾਲ ਗੱਲਬਾਤ ਜਦੋਂ ਮੈਂ ਆਪਣੇ ਮਾਇਕੇ ਗਈ ਸੀ ਉਸ ਦਿਨ ਇਹਨਾਂ ਨੇ ਵਿਸ਼ਾਲ ਦੇ ਮੰਮਾ ਬਾਹਰ ਗਏ ਮੇਰੀ ਇਹਨਾਂ ਨੇ ਪੁੱਤ ਨੇ ਮੈਨੂੰ ਅੰਦਰ ਰਸੋਈ ਵੱਲ ਧੱਕਿਆ ਮੇਰੇ ਨਾਲ ਜੱਪੀ ਪਾਉਣ ਲੱਗ ਪਿਆ ਮੈਨੂੰ ਕਹਿੰਦਾ ਮੈਂ ਤੇਰੇ ਨਾਲ ਗੱਲਬਾਤ ਕਰਨੀ ਹੈ ਠੀਕ ਆ ਜੀ ਤੇ ਫਿਰ ਉਸ ਤੋਂ ਵਿਰੋਧ ਨਹੀਂ ਕੀਤਾ ਸੀ ਦਾ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਮੇਰਾ ਘਰ ਆ ਮੈਂ ਉਹਨੂੰ ਕਿਹਾ ਸੀ ਮੇਰਾ ਘਰ ਬਾਹਰ ਆ ਠੀਕ ਆ ਤੇ ਉਹ ਕਹਿੰਦਾ ਮੈਂ ਤੇਰੇ ਨਾਲ ਰਹਿਣ ਨੂੰ ਤਿਆਰ ਅੱਛਾ ਜੀ ਮੈਂ ਤੁਸੀਂ ਉਹਦੇ ਖਿਲਾਫ ਕੋਈ ਕੰਪਲੇਂਟ ਉਸ ਨੇ ਦੇਣ ਦੀ ਕੋਈ ਕੰਪਲੇਂਟ ਮੈਨੂੰ ਸੁਣਵਾਈ ਨਹੀਂ ਆਈ ਨਾ ਮੈਂ ਕੰਪਲੇਂਟ ਦਿੱਤੀ ਸੀ ਬੱਸ ਸਟੈਂਡ ਦਿੱਤੀ ਸੀ ਹੁਣ ਕਿੱਦਾਂ ਦਾ ਇਨਸਾਫ ਕਿੱਦਾਂ ਦਾ ਚਾਹੁੰਦੇ ਹੋ ਮੈਂ ਕੁਝ ਨਹੀਂ ਮੈਨੂੰ ਵਿਸ਼ਾਲ ਜਿੱਥੇ ਮਰਜ਼ੀ ਰੱਖੇ ਮੈਂ ਰਹਿਣਾ ਵਿਸ਼ਾਲ ਦੇ ਨਾਲ ਤੁਸੀਂ ਕੰਪਲੇਂਟ ਦੇ ਵਿੱਚ ਕੀ ਮੈਮ ਕੀ ਕੰਪਲੇਂਟ ਦੇ ਵਿੱਚ ਵੀ ਮੈਂ ਇਹੀ ਦੱਸਿਆ ਆ ਪੁਲਿਸ ਵਾਲਿਆਂ ਨੂੰ ਬੱਸ ਸਟੈਂਡ ਆ ਤੁਸੀਂ ਬੇਸ਼ੱਕ ਮੈਂ ਤੁਹਾਨੂੰ ਪਰਚਾ ਵੀ ਲਿਆ ਕੇ ਦਿਖਾ ਦਿੰਦੀ ਆ ਜੀ ਉਹਦੇ ਵਿੱਚ ਇਹੀ ਦੱਸਿਆ ਹੋਇਆ ਕਿ ਮੇਰੇ ਘਰ ਵਾਲੇ ਦਾ ਡਿਵੋਰਸ ਕੇਸ ਚੱਲਦਾ ਵਾ ਮੈਂ ਵਿਸ਼ਾਲ ਦੇ ਨਾਲ ਰਹਿਣਾ ਵਾ ਬੱਸ ਸਟੈਂਡ ਦਾ ਕੀ ਗਿਆ ਬੱਸ ਸਟੈਂਡ ਦਾ ਮਤਲਬ ਨਹੀਂ ਤੁਹਾਡਾ ਡਿਵੋਰਸ ਹੋ ਗਿਆ ਪਹਿਲੇ ਡਿਵੋਰਸ ਤੁਸੀਂ ਹੁਣ ਕਹੋਗੇ ਹੁਣੇ ਡਿਵੋਰਸ ਅਸੀਂ ਨਹੀਂ ਕਹਿਣਾ ਅਸੀਂ ਨਹੀਂ ਕਹਿਣਾ ਮੈਂ ਕਹਿੰਦੀ ਮੈਂ ਕਹੂੰਗੀ ਮੈਨੂੰ ਇਹ ਡਿਵੋਰਸ ਹੋ ਅਸੀਂ ਨਹੀਂ ਕਹਿਣਾ ਮੈਨੂੰ ਇਨਸਾਫ ਦਿਓ ਨਾ ਮੈਨੂੰ ਇਨਸਾਫ ਚਾਹੀਦਾ ਵੱਡਾ ਜੱਪੂ ਥੱਲੇ ਨਹੀਂ ਕਿੱਦਾਂ ਦਾ ਇਨਸਾਫ ਕਿੱਦਾਂ ਦਾ ਜਾਂਦੇ ਹੋ ਮੈਨੂੰ ਚਾਹੇ ਜਿੱਦਾਂ ਮਰਜ਼ੀ ਜਿੱਥੇ ਮਰਜ਼ੀ ਵਿਸ਼ਾਲ ਰੱਖੇ ਮੈਂ ਵਿਸ਼ਾਲ ਦੇ ਨਾਲ ਰਹਿਣਾ ਮੈਮ ਡਿਵੋਰਸ ਨਹੀਂ ਤੁਹਾਨੂੰ ਵੀ ਪਤਾ ਹੈ ਕਿ ਕਾਨੂੰਨ ਜਿਹੜਾ ਕਹਿੰਦਾ ਹੈ ਕਿ ਜਦੋਂ ਤੱਕ ਡਿਵੋਰਸ ਨਹੀਂ ਹੁੰਦਾ ਅਸੀਂ ਦੂਸਰੇ ਨਾਲ ਕਾਨੂੰਨ ਉਹਨਾਂ ਨੂੰ ਵੀ ਤਾਂ ਵਿਸ਼ਾਲ ਨੂੰ ਤਾਂ ਕਾਨੂੰਨ ਦਾ ਪਤਾ ਹੀ ਹੋਣਾ ਵਾ ਕਿ ਮੇਰਾ ਵੀ ਕੇਸ ਚੱਲਦਾ ਪਿਆ ਹੈ ਜੀ ਵਿਸ਼ਾਲ ਨੂੰ ਤਾਂ ਪਤਾ ਹੀ ਹੋਣਾ ਕਿ ਮੇਰਾ ਅੱਜ ਤੁਸੀਂ ਉਹਦੇ ਵਿਸ਼ਾਲ ਦੇ ਘਰ ਤੇ ਬਾਹਰ ਆਏ ਉਹ ਤੇ ਤੁਹਾਨੂੰ ਵਿਸ਼ਾਲ ਮਿਲਿਆ ਵਿਸ਼ਾਲ ਦੇਖਿਆ ਹੀ ਨਹੀਂ ਮੈਂ ਫੋਨ ਕੀਤਾ ਸੀਗਾ ਵੀ ਫੋਨ ਕਰ ਲਿਆ ਫੋਨ ਨਹੀਂ ਕੀ ਚੱਕਿਆ ਰਾਤੀ ਚੱਕਿਆ ਸੀਗਾ ਮੈਨੂੰ ਕਿਸੇ ਨੇ ਦੱਸਿਆ ਵਾ ਵਿਆਹ ਕਰਨ ਲੱਗਾ ਉਹਨੂੰ ਵਿਆਹ ਕਰਨ ਵੇਲੇ ਉਹਨੂੰ ਪਹਿਲਾਂ ਮੇਰੀ ਜ਼ਿੰਦਗੀ ਦਾ ਦੇਖ ਲੈਂਦਾ ਮੇਰੀ ਜ਼ਿੰਦਗੀ ਖਰਾਬ ਕੀਤੀ ਉਹਨੇ ਚੱਕਿਆ ਕੀ ਗਿਆ ਉਹਨੇ ਰਾਤੀ ਚੱਕ ਕੇ ਮੈਨੂੰ ਕਹਿੰਦਾ ਮੈਂ ਤੇਰੇ ਨਾਲ ਹੀ ਹਾਂ ਟੈਨਸ਼ਨ ਨਾ ਲੈ ਜਦੋਂ ਤੇਰਾ ਦਿਲ ਕਰੂਗਾ ਫੋਨ ਮੈਨੂੰ ਲਾ ਲਿਆ ਕਰੀ ਮੈਂ ਕਿਹਾ ਕਿਉਂ ਫੋਨ ਲਾਵਾਂ ਤੈਨੂੰ ਰਿਸ਼ਤਾ ਰੱਖ ਤੂੰ ਮੇਰੇ ਨਾਲ ਰਿਕਾਰਡਿੰਗ ਹੈ ਤੁਹਾਡੇ ਤੋਂ ਇਸ ਚੀਜ਼ ਦੀ ਤੁਸੀਂ ਰਿਕਾਰਡਿੰਗ ਦੀ ਗੱਲ ਦੂਰ ਦੀ ਹੈ ਮੇਰੇ ਤੋਂ ਸਾਰੀਆਂ ਰਿਕਾਰਡਿੰਗਾਂ ਪਈਆਂ ਹੈ ਗੱਲ ਵਿੱਚ ਲਈ ਇਹ ਮੇਰੇ ਘਰ ਦੇ ਕੋਲ ਆ ਰਿਕਾਰਡਿੰਗਾਂ ਸਾਰੀਆਂ ਤੂੰ ਘਰ ਦੇ ਕਿਉਂ ਨਹੀਂ ਦਿਖਾ ਰਹੇ ਤੁਸੀਂ ਆਪਣੇ ਪਰਿਵਾਰ ਵਾਲਿਆਂ ਨੂੰ ਕਿਉਂ ਨਹੀਂ ਸੱਦਿਆ ਮੇਰੇ ਪਰਿਵਾਰ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਹੋਇਆ ਮੈਂ ਕਿੱਥੇ ਰਹਾਂ ਤੇ ਜਦੋਂ ਪਰਿਵਾਰ ਨੇ ਕੱਢਿਆ ਤਾਂ ਉਸ ਤੋਂ ਬਾਅਦ ਦੇ ਤੁਸੀਂ ਕਿੱਥੇ ਰਹਿ ਰਹੇ ਹੋ ਮੈਂ ਆ ਹੁਣੀ ਆਈ ਹਾਂ ਮੈਂ ਮੈਨੂੰ ਮੇਰੇ ਘਰਦਿਆਂ ਨੇ ਬਾਹਰ ਕੱਢ ਦਿੱਤਾ ਮੈਂ ਰਾਤੀ ਇਕੱਲੀ ਸੁੱਤੀ ਹਾਂ ਬਾਹਰ ਸੁੱਤੀ ਆਪਣੇ ਘਰ ਵਾਲੇ ਨੂੰ ਛੱਡਣ ਦਾ ਕਾਰਨ ਕੀ ਸੀ ਇਹੀ ਸੀ ਕਾਰਨ ਕੀ ਬਣਿਆ ਕਾਰਨ ਹੋਰ ਜਿਹੜੇ ਕਾਰਨ ਸੀਗਾ ਨਾ ਇਹੀ ਸੀ ਕਾਰਨ ਸਾਰਾ ਗੱਲ ਕੀ ਹੋਈ ਸੀ ਨਹੀਂ ਤੁਸੀਂ ਹੁਣ ਪੁਲਿਸ ਨੂੰ ਕੰਪਲੇਂਟ ਵਗੈਰਾ ਦਿੱਤੀ ਹੈ ਪੁਲਿਸ ਨੂੰ ਕੰਪਲੇਂਟ ਮੈਂ ਦਊਂਗੀ ਤੁਹਾਨੂੰ ਦਊਂਗੀ ਜਾ ਕੇ ਤੇ ਇਨਫੋਰਮ ਕਰ ਦਿੱਤੀ ਜੀ ਕੱਲ ਪੁਲਿਸ ਥਾਣੇ ਸੀਗੇ ਬੱਸ ਸਟੈਂਡ ਥਾਣੇ ਸੀਗੇ ਉੱਥੇ ਦੀ ਕਿਉਂ ਪਹੁੰਚੇ ਉੱਥੇ ਕੀ ਹੋਇਆ ਉੱਥੇ ਇਹ ਮੈਨੂੰ ਛੱਡ ਗਿਆ ਸੀ ਅੱਧੀ ਰਾਤ 7 ਵਜੇ ਦੇ 6-7 ਵਜੇ ਕੌਣ ਇਹਦਾ ਦੋਸਤ ਮੈਨੂੰ ਛੱਡ ਕੇ ਗਿਆ ਸੀ ਕੀ ਨਾਮ ਹੈ ਦੋਸਤ ਦਾ ਮੈਨੂੰ ਇੰਨਾ ਨਹੀਂ ਪਤਾ ਹੈਗਾ ਉਹਦੇ ਦੋਸਤ ਦਾ ਕੀ ਨਾਮ ਆ ਕੀ ਨਹੀਂ ਆ ਠੀਕ ਆ ਜੀ ਮੈਨੂੰ ਅਣਜਾਣ ਬੰਦਾ ਛੱਡ ਗਿਆ ਉੱਥੇ ਫਿਰ ਰਾਤੀ ਮੇਰੇ ਮੁੰਡੇ ਨੂੰ ਫੋਨ ਲਾਇਆ ਉਹ ਕਹਿੰਦਾ ਮੈਂ ਤੈਨੂੰ ਰਾਤੀ ਲੱਭਦਾ ਪਿਆ ਸੀ ਬੱਸ ਇੰਨੀ ਗੱਲ ਮੇਰੀ ਰਾਤੀ ਹੋਈ ਹੈ ਉਸ ਤੋਂ ਬਾਅਦ ਕੋਈ ਫੋਨ ਹੀ ਨਹੀਂ ਉਹਨੇ ਚੱਕਿਆ ਮੇਰਾ ਮੈਨੂੰ ਚਾਹੇ ਜਿੱਥੇ ਮਰਜ਼ੀ ਰੱਖੇ ਮੈਨੂੰ ਰੱਖੇ ਰੱਖਣਾ ਪੈਣਾ ਵਾ ਉਹਦੇ ਪਰਿਵਾਰ ਪਰਿਵਾਰਿਕ ਮੈਂਬਰਾਂ ਨਾਲ ਗੱਲ ਕਰੋ ਪਰਿਵਾਰਿਕ ਮੈਂਬਰਾਂ ਨਾਲ ਗੱਲ ਹੋਈ ਉਹਨਾਂ ਦੀ ਹੁਣ ਤੁਹਾਨੂੰ ਘਰ ਦੇ ਵਿੱਚ ਜਦੋਂ ਤੱਕ ਕੱਢਿਆ ਕਿੰਨਾ ਸਮਾਂ ਹੋ ਚੁੱਕਾ ਹੋਇਆ ਪਰੇਸ਼ਾਨ ਹੋ ਗਈ ਸੀ ਮੇਰੇ ਤੋਂ ਪਰੇਸ਼ਾਨ ਹੋ ਕੇ ਕੰਪਲੇਂਟ ਵੀ ਕੀਤੀ ਸੀਗੀ ਮੈਂ ਠੀਕ ਆ ਉਹਨਾਂ ਨੇ ਉਹ ਵੀ ਨੀ ਕੋਈ ਮੰਨੀ ਉਹ ਕਹਿੰਦੇ ਚਲ ਕੋਈ ਗੱਲ ਨੀ ਅਸੀਂ ਕਰਾਂਗੇ ਇਹਨਾਂ ਨੂੰ ਫੋਨ ਵੀ ਆਇਆ ਸੀ ਪੁਲਿਸ ਵਾਲਿਆਂ ਦਾ ਉਸ ਤੋਂ ਬਾਅਦ ਮੇਰੇ ਘਰ ਵਾਲਾ ਮੇਰੇ ਨਾਲ ਗੱਲ ਕਰਨ ਲੱਗ ਪਿਆ ਸੀਗਾ ਇਹਨੇ ਆਣ ਕੇ ਮੇਰੇ ਚਾਚੇ ਨੂੰ ਫੋਨ ਲਾ ਦਿੱਤਾ ਠੀਕ ਆ ਇਹਨਾਂ ਨੇ ਮੁੰਡੇ ਨੇ ਮੇਰੇ ਚਾਚੇ ਨੂੰ ਫੋਨ ਲਾਇਆ ਕਹਿੰਦਾ ਕਿ ਮੈਨੂੰ ਕਹਿੰਦਾ ਮੈਂ ਤੂੰ ਮੇਰੀ ਜਨਾਨੀ ਹੈ ਮੈਂ ਤੈਨੂੰ ਰੱਖਣਾ ਹੈ ਤਾਂ ਫਿਰ ਰੱਖੇ ਨਾ ਹੁਣ ਸਾਹਮਣੇ ਕਹਿ ਰਹੇ
कैमरे भी लगे हुए हॉस्पिटल ए मेरे नाल खुद गया वा ठीक है स्कैनिंग कराने ए मेरे नाल खुद गया इन्हें स्कैन कितनो क्राइसिस स्कैन नको उधर खुशी हॉस्पिटल अच्छा हां जी नहीं अबॉर्शन जेड़ा होया ओ किन्ने करवाया सी इन्हें विशाल ने करवाया इस टाइम ਤੁਹਾਡੇ ਕੋਲ ਅਵੇਲੇਬਲ ਹੈਗੀਆਂ ਉਹ ਜਿਹੜੀਆਂ ਰਿਪੋਰਟਾਂ ਨਹੀਂ ਹੈਗੀਆਂ ਪਰ ਉੱਥੇ ਸਾਰਾ ਸਬੂਤ ਪਿਆ ਹੁੰਦਾ ਵਾ ਮੈਂ ਹੁਣ ਜਾ ਕੇ ਉੱਥੇ ਮਿਹਨਤ ਕਰੂੰਗੀ ਮੈਨੂੰ ਸਾਰਾ ਸਬੂਤ ਤੁਸੀਂ ਜਦੋਂ ਘਰੋਂ ਜਾਂਦੇ ਸੀ ਤੁਹਾਡੇ ਘਰ ਦੇ ਕਿੱਥੇ ਹੁੰਦੇ ਸੀ ਘਰਦਿਆਂ ਨੇ ਕਦੀ ਨਹੀਂ ਪੁੱਛਿਆ ਵੀ ਕਿੱਥੇ ਗਈ ਕੁੜੀ ਕਿੱਥੇ ਘਰ ਦੇ ਮੇਰੇ ਹੁੰਦੇ ਹੀ ਨਹੀਂ ਸੀਗੇ ਉਸ ਟਾਈਮ ਹੀ ਮੈਨੂੰ ਕਹਿ ਨਿਕਲਣ ਨੂੰ ਕਹਿੰਦਾ ਸੀ ਜਿਸ ਟਾਈਮ ਮੇਰੇ ਘਰ ਦੇ ਨਹੀਂ ਹੁੰਦੇ ਸੀਗੇ ਤੇ ਦੋ ਦਿਨ ਘਰ ਨਹੀਂ ਆਣਾ ਤਿੰਨ ਦਿਨ ਨਹੀਂ ਘਰ ਆਣਾ ਘਰ ਦੇ ਤੇ ਸਵਾਲ ਕਰਦੇ ਆ ਨਾ ਵੀ ਕਿੱਥੇ ਆ ਮੇਰੇ ਘਰਦਿਆਂ ਕੋ ਮੇਰਾ ਨੰਬਰ ਹੈ ਨਹੀਂ ਸੀਗਾ ਮੇਰੇ ਘਰਦਿਆਂ ਨੇ ਪਰਚਾ ਵੀ ਮੇਰੇ ਤੇ ਕਰਵਾਇਆ ਸੀ ਕਿ ਸਾਡੀ ਕੁੜੀ ਗੈਸ ਹੋ ਗਈ ਪਰ ਮੈਂ ਮੈਨੂੰ ਫੋਨ ਪਿੱਛੇ ਕਰ ਲਿਆ ਮੈਂ ਖੇਚ ਲੈਣਾ ਹੁਣ ਕਹਿ ਰਹੇ ਆ ਕਿ ਮੈਂ ਨਹੀਂ ਰੱਖਣਾ ਹੈਗਾ ਤਾਂ ਮੇਰੇ ਮੰਮਾ ਮੇਰੇ ਕਹਿ ਰਹੇ ਮੇਰੇ ਪਾਪਾ ਕਹਿ ਰਹੇ ਪੇਟ ਦਫਨ ਕਰਨਾ ਵਾ ਹੁਣ ਤੁਸੀਂ ਦੱਸੋ ਮੈਂ ਕਿੱਥੇ ਜਾਵਾਂ ਮੈਂ ਤਾਂ ਇਹਦੇ ਕੋਲ ਹੀ ਬੈਣਾ ਵਾ ਮੈਨੂੰ ਕਿੱਥੇ ਮਰਜ਼ੀ ਰੱਖੇ ਕਿਰਾਏ ਤੇ ਰੱਖੇ ਕਿੱਥੇ ਮਰਜ਼ੀ ਰੱਖੇ ਮੈਨੂੰ ਰੱਖੇ ਸੀ ਮੈਂ ਹੱਥ ਨਾਲ ਮੁਕੇਂ ਤੁਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਉਹਨਾਂ ਦੇ ਪਿਤਾ ਜੀ ਜਿਹੜੇ ਇੱਥੇ ਆਏ ਸੀਗੇ ਪਰਿਵਾਰਕ ਮੈਂਬਰ ਆਉਣ ਤੁਸੀਂ ਗੱਲ ਹੀ ਕਰ ਤੁਹਾਡੇ ਸਾਹਮਣੇ ਕਰੋ ਗੱਲ ਕਰੋ ਜਾਓ ਤੁਹਾਡੇ ਸਾਹਮਣੇ ਸੀਗੇ ਚਲੋ ਲਾਈਵ ਚੱਲ ਰਿਹਾ ਗੱਲ ਕਰੋ ਗੱਲ सो देख सकते हो तस्वीरों के जी लड़के आरोप जो लगाया जा रहा कि विशाल नाम के लड़के के नाल जी मेरा रिलेशन से मैं वो ही रहना चाहनी हाँ लेकिन हूँ परिवारिक मैंबर के वो उस जोड़ा है घर के नहीं वड़ जा रहा विशाल वालों भी जी एक्सैप्ट नहीं किया जा रहा लड़की जी इंसाफ के लिए उस परिवार के घर के बाहर बिल्कुल कोशिश कर रही है कि असी उसके घर के जी जाने की कोशिश की जाए तस्वीर ने जलंधर दियाँ जलंधर के रैनक बाजार के अंदर बाजार है उस दी गली दी तस्वीर ने फोन चकना जो बंद कर दिता बंद कर दिता मैं ताइयो तो सब कुछ किया वा मैं एग्रीमेंट लेके घूम रहे यही लिखा होया वा मेरे साइन भी होए मैं आप लिखाया वा अपनी मर्जी ना लिखाया वा एरे ते मेरा पुत मेरा घर वाला ठीक है जी मैं विशाल करके छड्या वा विशाल ने मेनू कहा सीगा छड्डन नू ते मैं छड्ड दित्ता तो हुण मैं कित्थे जावां हुण घर दे की कह रहे हो हुण इन्हां ने अपना मुंडा लगोया होया वा मेरे सामने ल्याओ ना मैं गल करा मेरी जान नू भी खतरा हो सकदा कल नू मैं किथे जावांगी
ਕੱਲ ਮੇਰੀ ਜਾਨ ਨੂੰ ਵੀ ਖਤਰਾ ਵਾ ਇੱਥੇ ਆ ਕੇ ਮੈਨੂੰ ਕਿਹਨੇ ਧਮਕੀ ਵੀ ਦਿੱਤੀ ਸੀਗੀ ਕਿਹਨਾਂ ਨੇ ਇਹਨਾਂ ਦੇ ਪਾਪਾ ਨੇ ਅੱਛਾ ਕੀ ਨਾਮ ਹੈ ਧਮਕੀ ਦਿੱਤੀ ਸੀ ਮੈਨੂੰ ਨਾਮ ਦਾ ਨਹੀਂ ਪਤਾ ਇਹਨਾਂ ਦੇ ਪਾਪਾ ਦਾ ਪਰ ਮੈਨੂੰ ਇਹਨਾਂ ਨੇ ਧਮਕੀ ਦਿੱਤੀ ਨਹੀਂ ਮੇਰੀ ਗੱਲ ਸੁਣੋ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਹਨਾਂ ਦਾ ਵਿਆਹ ਵੀ ਅਸੀਂ ਕਰਵਾਇਆ ਸੀਗਾ ਜਿਹੜੇ ਵਿਚਾਰ ਮੈਂ ਤੇ ਇੱਕ ਕੇਸ ਲੱਗਾ ਵਾ ਉੱਥੇ ਜਿੱਥੇ ਮੇਰੇ ਇੰਨੇ ਕੇਸ ਲੱਗੇ ਮੈਂ ਇੱਕ ਹੋਰ ਕੇਸ ਥੋ ਇਹਦੇ ਚ ਨਾਮ ਲਿਖਵਾਇਆ ਪਿਆ ਤੁਸੀਂ ਹਾਂਜੀ ਆ ਦੇਖੋ ਨਾਮ ਦੇਖੋ ਵਿਸ਼ਾਲ ਦੇ ਫਾਦਰ ਵੱਲੋਂ ਕਿਹਾ ਜਾ ਰਿਹਾ ਕਿ ਇਹ ਕੁੜੀ ਦਾ ਵਿਆਹ ਵੀ ਅਸੀਂ ਕਰਾਇਆ ਸੀ ਅਰਵਿੰਦਰ ਸਿੰਘ ਉਹਨਾਂ ਦਾ ਇਹਨੇ ਸਾਡੇ ਘਰ ਦੇ ਵਿੱਚ ਹੀ ਮੇਰੀ ਜ਼ਿੰਦਗੀ ਖਰਾਬ ਹੋਈ ਪਈ ਆ ਨਾ ਤਾਂ ਮੈਂ ਇੱਧਰ ਜੋਗੀ ਨਾ ਮੈਂ ਉੱਧਰ ਜੋਗੀ ਮੈਨੂੰ ਵਿਸ਼ਾਲ ਨੇ ਕਿਹਾ ਘਰ ਬਾਰ ਛੱਡੋ ਮੈਂ ਛੱਡਤਾ ਮੈਂ ਆ ਗਈ ਆ ਰੱਖਣਾ ਪੈਣਾ ਵਾ ਮੈਨੂੰ ਭਾਵੇਂ ਕਿਰਾਏ ਤੇ ਰੱਖੇ ਜਿੱਥੇ ਮਰਜ਼ੀ ਰੱਖੇ ਸੋਨ ਦੇ ਪਰਿਵਾਰ ਵੱਲੋਂ ਕੀ ਕਿਹਾ ਜਾ ਰਿਹਾ ਤੁਹਾਨੂੰ ਵਾਰ ਵਾਰ ਤੁਹਾਡੇ ਸਾਹਮਣੇ ਉਹਦਾ ਪਰਿਵਾਰ ਮੈਨੂੰ ਗਲਤ ਕਹਿ ਰਿਹਾ ਤੁਹਾਡੇ ਸਾਹਮਣੇ ਤਾਂ ਕੁਝ ਵੀ ਨਹੀਂ ਆਇਆ ਇਹ ਪੁੱਛੋ ਉਹ ਦੇਖੋ ਤਾਂ ਤੁਸੀਂ ਖੁਦ ਪੁੱਛੋ ਇੱਧਰ ਆਇਓ ਜੀ ਤੁਸੀਂ ਬੁਲਾਓ ਉਹਨਾਂ ਦਾ ਪਰਿਵਾਰ ਕਿੱਥੇ ਆ ਸਾਨੂੰ ਤਾਂ ਪਤਾ ਹੀ ਨਹੀਂ ਪਰਿਵਾਰ ਆਪਣੇ ਕਿਸੇ ਐਲਡਰ ਨੂੰ ਬੁਲਾ ਤੇਰੇ ਨਾਲ ਗੱਲ ਕਰਨ ਦਾ ਬੀਬਾ ਕੋਈ ਫਾਇਦਾ ਨਹੀਂ ਤੇਰੇ ਨਾਲ ਗੱਲਾਂ ਬਹੁਤ ਹੋ ਗਈਆਂ ਨੇ ਤੂੰ ਜਿੰਨੇ ਕੁ ਚੰਨ ਚੜਾਏ ਨੇ ਆ ਪ੍ਰੈਸ ਮੀਡੀਆ ਮਹੱਲੇ ਤੋਂ ਵੈਰੀਫਾਈ ਕਰੇ ਦੈਨ ਆਫਟਰ ਮੇਰੇ ਨਾਲ ਗੱਲ ਕਰੇ ਤੂੰ ਆਪਣੇ ਕਿਸੇ ਵੱਡੇ ਨੂੰ ਬੁਲਾ ਫੇਰ ਗੱਲ ਕਰ ਭਾਜੀ ਉਹਨਾਂ ਦਾ ਲਗਾਤਾਰ ਇਹ ਕਹਿ ਰਹੇ ਭਾਜੀ ਭਾਜੀ ਉਹਨਾਂ ਦਾ ਲਗਾਤਾਰ ਇਹ ਕਹਿਣਾ ਹੈ ਕਿ ਜਿਹੜਾ ਵਿਸ਼ਾਲ ਦੇ ਵੱਲੋਂ ਜ਼ਬਰਦਸਤੀ ਕੀਤੀ ਗਈ ਇਹਨਾਂ ਦਾ ਬਹੁਤ ਕੁਝ ਕਹਿਣਾ ਹੈ ਇਹਨਾਂ ਦਾ ਕਹਿਣਾ ਤੁਸੀਂ ਛੱਡੋ ਇਹ ਬਹੁਤ ਕੁਝ ਕਹਿੰਦੇ ਨੇ ਇਹਨਾਂ ਦੀ ਮਾਤਾ ਨੂੰ ਪੁੱਛੋ ਇਹ ਕੀ ਕਹਿੰਦੇ ਨੇ ਠੀਕ ਹੈ ਜੀ ਇਹਨਾਂ ਦੀ ਮਾਤਾ ਨੂੰ ਪੁੱਛੋ ਇਹਨਾਂ ਦੇ ਚਾਚਾ ਜੀ ਨੂੰ ਪੁੱਛੋ ਠੀਕ ਹੈ ਕੀ ਉਹਨਾਂ ਨੂੰ ਪੁੱਛੋ ਬਾਕੀ ਇੱਧਰ ਮਹੱਲੇ ਕੋਲੋਂ ਪੁੱਛੋ ਤੁਸੀਂ ਭਾਜੀ ਕਿ ਤੁਸੀਂ ਦੱਸ ਦਿਓ ਕੀ ਗੱਲਬਾਤ ਕੀ ਆਖਿਰ ਹੋਈ ਕੀ ਭਾਜੀ ਬੜੀਆਂ ਗੱਲਾਂ ਨੇ ਮੈਂ ਤੇ ਆਪਣੇ ਭਤੀਜੇ ਦਾ ਖੇੜਾ ਛਡਾਦਾ ਛੜਦਾ ਆਪਣਾ ਮੁੰਡਾ ਫਸਾਈ ਬੈਠਾ ਮੈਂ ਦੱਸੋ ਕੀ ਕਸੂਰ ਕੀਤਾ ਮੈਂ ਹੀ ਵਿਆਹ ਕੇ ਲਿਆਇਆ ਇਹਨੂੰ ਗਲਤੀ ਮੇਰੀ ਹੈ ਭਾਜੀ ਉਹ ਕਹਿੰਦੀ ਮੇਰੇ ਘਰਦਿਆਂ ਨੇ ਮੈਨੂੰ ਕੱਢਤਾ ਹੋਇਆ ਮੈਂ ਕਿਹਨੂੰ ਲਿਆ ਕਿਉਂ ਕੱਢਿਆ ਆਪਣੇ ਮਾਂ ਪਿਓ ਨੂੰ ਬੁਲਾ ਕਿਸੇ ਨੂੰ ਚਾਚੇ ਨੂੰ ਗੱਲ ਕਰਨ ਵਾਸਤੇ ਪਤਾ ਨਾ ਥੋ ਲੈਣਾ ਪਾਪਾ ਉਹ ਚੱਲ ਪਲੀਜ਼ ਤੁਸੀਂ ਉਹ ਮਹੱਲੇ ਵਾਲਿਆਂ ਦੇ ਬਿਆਨ ਲਓ ਮੈਨੂੰ ਨਾ ਪੁੱਛੋ ਆਹ ਮਹੱਲੇ ਵਾਲੇ ਪਿੱਛੇ ਖੜੇ ਆ ਉਹਨਾਂ ਨੂੰ ਪੁੱਛੋ ਕੀ ਸਾਰਾ ਮੈਂ ਵਿਸ਼ਾਲ ਦਾ ਪਾਪਾ ਜੀ ਮੈਂ ਇਹਨਾਂ ਨੂੰ ਵਿਆਹ ਕੇ ਲਿਆਂਦਾ ਸੀਗਾ ਭਤੀਜੇ ਆਪਣੇ ਨਾਲ ਭਤੀਜੇ ਨਾਲ ਇਹ ਰਹਿ ਨਹੀਂ ਸਕਦੇ ਹੁਣ ਇਹ ਕਹਿੰਦੇ ਨੇ ਮੈਂ ਤੁਹਾਡੇ ਮੁੰਡੇ ਨਾਲ ਰਹਿਣਾ ਤੇ ਦੱਸੋ ਮੈਂ ਕਿਹਦੇ ਕਿਹਦੇ ਨਾਲ ਰੱਖਾਂ ਬੀਬੀ ਇੱਕ ਹੈ ਪਿੰਡ ਵੀ ਦੋ ਨੇ ਕਿਹਦੇ ਕਿਹਦੇ ਕਿੱਥੇ ਕਿੱਥੇ ਭੈਣ ਮੈਂ ਕਿਹੜੇ ਕਿਹੜੇ ਤੁਹਾਨੂੰ ਗਿਣ ਕੇ ਦਿਖਾਵਾਂ ਇਹ ਜਾ ਕੇ ਆਪਣੀ ਮਾਤਾ ਨੂੰ ਇਹਦੇ ਕੋਲ ਮੈਂ ਮਾਤਾ ਨੂੰ ਪੁੱਛੋ ਕਿ ਉਹਨੇ ਕਿਉਂ ਕੱਢਿਆ ਕਾਰਨ ਇਹਦੀ ਮਾਤਾ ਦੁਬਈ ਗਈ ਸੀਗੀ ਉੱਥੋਂ ਆਈ ਹੈ ਉਹਨੇ ਆ ਕੇ ਗੱਲ ਲਾਸਟ ਦੋ ਦਿਨ ਪਹਿਲੇ ਉਹ ਆਈ ਸੀਗੀ ਡਿਵੋਰਸ ਦੀ ਗੱਲ ਕਰਨ ਵਾਸਤੇ ਕਿਹੜੀ ਚੀਜ਼ ਨੂੰ ਅਬੋਰਸ਼ਨ ਕਹਿੰਦੇ ਨੇ ਕਿਹੜੀ ਚੀਜ਼ ਨੂੰ ਕੀ ਕਹਿੰਦੇ ਨੇ ਬਿਨਾਂ ਇਹਨਾਂ ਦੀ ਮਰਜ਼ੀ ਤੋਂ ਕਿੱਦਾਂ ਹੋ ਗਿਆ ਇਹ ਅਡਲਟ ਹੈ ਕੋਈ ਨਿਆਣੀ ਹੈ ਸਿਆਣੀ ਬਿਆਣੀ ਹੈ ਨਿਆਣੇ ਦੀ ਮਾਂ ਹੈ ਸੱਤਵੇਂ ਮਹੀਨੇ ਦੇ ਵਿੱਚ ਕੀ ਦੱਸਾਂ ਤੁਹਾਨੂੰ ਇਹਦੀ ਮਾਤਾ ਨੂੰ ਪੁੱਛੋ ਸੱਤਵੇਂ ਮਹੀਨੇ ਦੇ ਵਿੱਚ ਢਿੱਡ ਦੇ ਵਿੱਚ ਬੱਚਾ ਹੈ ਔਰ ਇਹ ਗਰਾਂ ਦੀਆਂ ਬੱਚੇ ਦੀਆਂ ਦਵਾਈਆਂ ਖਾ ਕੇ ਬੱਚਾ ਫਲੱਚ ਸਿਰ ਦਿੱਤਾ ਚੱਲੇ ਛੱਡ ਇਹਦੀ ਮਾਤਾ ਨੂੰ ਪੁੱਛੋ ਯਾਰ ਇਹ ਗੰਦ ਬੰਦ ਬਾਹਰ ਗਏ ਪਲੀਜ਼ ਤੁਸੀਂ ਉੱਧਰ ਚੱਲੋ ਮਹੱਲੇ ਵਾਲਿਆਂ ਦੀ ਗਵਾਹੀ ਲਓ ਪਲੀਜ਼ ਤੁਸੀਂ ਛੱਡੋ ਤੁਸੀਂ ਮਹੱਲੇ ਵਾਲਿਆਂ ਨੂੰ ਉਹ ਖੜੇ ਪਿੱਛੇ ਭਾਜੀ ਉੱਧਰ ਨੂੰ ਮੂੰਹ ਘੁਮਾਓ ਥੋੜ੍ਹਾ ਜਿਹਾ ਪਿੱਛੇ ਨੂੰ ਘੁਮਾਓ ਥੋੜ੍ਹਾ ਜਿਹਾ ਪਲੀਜ਼ ਭਾਜੀ ਥੋੜ੍ਹਾ ਜਿਹਾ ਪਿੱਛੇ ਨੂੰ ਘੁਮਾਓ ਦੇਖੋ ਮਹੱਲੇ ਵਾਲੇ ਇਹਨਾਂ ਦੇ ਬਿਆਨ ਲਓ ਹਾਂ ਇਹਨਾਂ ਨੂੰ ਪੁੱਛੋ ਮਹੱਲੇ ਵਾਲਿਆਂ ਨੂੰ ਆਂਢੀ ਗੁਆਂਢੀ ਉਹਨਾਂ ਦੇ ਗੁਆਂਢੀ ਦੇ ਪਿੱਛੇ ਸੈਕਟਰੀ ਸਾਹਿਬ ਉਹਨਾਂ ਨੂੰ ਪੁੱਛੋ ਭੈਣ ਜੋ ਮਹੱਲੇ ਦਾ ਗੰਦ ਕੁੜੀ ਹੋਵੇ ਇਹਨੂੰ ਕਿੱਥੇ ਲਈਏ ਨਹੀਂ ਉਹ ਤਾਂ ਐਕਸੈਪਟ ਹੀ ਨਹੀਂ ਕਰ ਰਹੇ ਤੁਹਾਨੂੰ ਉਹਨਾਂ ਦੇ ਫਾਦਰ ਸਾਹਿਬ ਲੜਕੇ ਦੇ ਮੁੰਡੇ ਸਭ ਕੁਝ ਤਾਂ ਮੁੰਡੇ ਨੇ ਕੀਤਾ ਮੇਰਾ ਤੇ ਉਹ ਹੈਗੇ ਨੇ ਇੱਥੇ ਉਹ ਕਿੱਥੋਂ ਕਰੂਗਾ ਸਾਹਮਣੇ ਲੈ ਕੇ ਆਉਣਾ ਸਾਹਮਣੇ ਲੈ ਕੇ ਆਉਣਾ
चार साल व्याह नू दो साल तो उत्ते बीबा हो गए ने तीन साल का तेरा न्याणा है जेड़ा एक साल किन्ने महीने का सीगा दुध चुंग तेन छड़ के तू चली गई सी क्यों चली गई सी कौंसलर साहब को बकायदा लिखत हुई है क्यों गई सी इन पुछो इन लिखत करके सैन करके सारा कुछ दे के गई है एफिडेविट पे ने पता नहीं की फड़ लिया कि गल्ला कर दी की कर दी परिवार मना ही कर रहा कि रखूगा परिवार मना कर रहा की मांग की है मेरी मांग की है जिथे मर्जी ले जावे मेनू मेनू रखे ना क्योंकि मेरी इनू रखे जी इनू पूछो पहले इहदा डिवोर्स होया अकॉर्डिंग टू लॉ है बिना तलाक तो किसी होर ना रह सकदी है होया डिवोर्स तलाक नहीं कुछ नहीं आ गए बस मैं चार पीटी वाले इकट्ठे कीते ते आ गई तीन बारी मैं भज्जी हां उदों नहीं इहना दे मुंडे उहना नू क्यों नाल लेके तंग करन डई उहना नू सच दस जे ओह गल है ਤੁਸੀਂ ਭਾਜੀ ਮੱਲੇ ਵਾਲਿਆਂ ਕੋਲੋਂ ਵੈਰੀਫਾਈ ਕਰੋ ਇਹਨਾਂ ਦੇ ਗੁਆਂਢੀਆਂ ਕੋਲੋਂ ਵੈਰੀਫਾਈ ਕਰੋ ਬਾਹਰ ਹੀ ਨੇ ਖਤਰਾ ਜੀ ਖੜੇ ਕਿੱਥੇ ਰਹਿੰਦੇ ਕਿੱਥੇ ਸੀ ਫਿਰ ਉਹ ਪੁੱਛੋ ਉਹਨਾਂ ਨੂੰ ਕਿਉਂ ਕੱਢਿਆ ਸੀ ਇਹਨਾਂ ਨੂੰ ਨਹੀਂ ਜਿੱਥੇ ਤੁਹਾਡਾ ਵਿਆਹ ਹੋਇਆ ਵਿਆਹ ਤੁਹਾਡਾ ਕਿੱਥੇ ਹੋਇਆ ਆਹ ਪਿੱਛੇ ਪਿੱਛੇ ਫੋਨ ਤਾਂ ਥੱਲੇ ਤੂੰ ਹੀ ਜੀ ਵੀ ਯਾਰ ਫਿਰ ਹੁਣ ਫਿਰ ਤੂੰ ਫਿਰ ਮੂੰਹ ਵੱਲ ਲੱਗਾ ਬੜੀ ਬੜੀ ਤਾਂ ਹੀ ਦੇਖੋ ਲਾਈਕ ਉਹ ਮਾਮਾ ਮੂਰੇ ਨਾ ਮੂਰੇ ਡੰਗਲ ਫੜੀ ਆ ਲੋ ਉਹ ਇਦਾਂ ਨਹੀਂ ਮੇਰਾ ਭਰਾ ਆ ਮੇਰਾ ਚਾਚੀ ਨੇ ਦੇਖਿਆ ਇਹਨਾਂ ਨੇ ਗਵਾਈ ਵੀ ਉੱਥੇ ਭਰੀ ਸੀ ਚੌਂਕੀ ਠੀਕ ਆ ਇਹਨਾਂ ਦਾ ਮੁੰਡਾ ਆਇਆ ਮੇਰਾ ਥੱਪੜ ਮਾਰ ਕੇ ਤੇ ਮੈਂ ਅੰਦਰ ਆਪ ਬਾਹਰ ਨੂੰ ਨਿਕਲ ਗਿਆ अपने मुंडे नूं मैं क्यों जे ज्यादा सच्चे आ अपने मुंडे नूं क्यों नहीं सादे नहीं मेरी गमर ही सी नहीं मेरी अरेंज मैरिज सी ते दूजा इने लव होया था ना लव होया नहीं सी इना ने मुंडे ने मेनू जफ्फी पाई सी इना दी मम्मा बाहर जफ्फी पान तो बदल होया सी मैं तां दसदी आ इना दी मम्मा बाहर चल गया आ सारे मोहल्ले वालों नूं पता वा नहीं नहीं ओ गल क्लियर करो तुसीं कह रहे सीगे कि घर दे अंदर लै गया जफ्फी पाली ओ किद्दां मतलब तुसीं विरोध नहीं कीता उस चीज दा मैं उहनूं कहा सी वी मेरा घर वार हैगा वा मेरा घर वाला वा ओ कहंदा कोई गल नहीं आपां चोरी चोरी करदे रहांगे जी की वी चोरी चोरी असीं मिलदे रहांगे जी ठीक आ शाम नूं वी मिलदे रहांगे सवेरे 5 बजे मैनूं ठालदा हुंदा सी चाची उहनां दा बयान लै लो सारे लै लो कड्डो बाहर मुंडा देखिया वा विशाल मेरा मुंडा छड़ाया मेरा घर वाला छड़ाया मेरा घर बार छड़ाया आप ही को लेके आए की पख रखन गए पर पख बोले नहीं कुछ ਪੱਖ ਇਹਨਾਂ ਨੇ ਕਿੱਦਾਂ ਰੱਖ ਲੈਣਗੇ ਦੁਸ਼ਮਣੀ ਥੋੜੀ ਨਾ ਪੈਦਾ ਕਰਨਗੇ ਫਿਰ ਤੁਸੀਂ ਇੱਧਰ ਕਿਉਂ ਲੈ ਕੇ ਆਏ ਮੈਂ ਤਾਂ
ਤੁਹਾਨੂੰ ਦਿਖਾਉਣ ਵਾਸਤੇ ਲੈ ਕੇ ਮੈਂ ਨਾ ਇੱਥੇ ਸਵੇਰੇ ਮੈਨੂੰ 5 ਵਜੇ ਠਾਲਦਾ ਰਿਹਾ ਹੈ ਕਿ ਆ ਜਾ ਮੇਰੇ ਕੋਲ ਮਿਲਣ ਵਾਸਤੇ ਆ ਮੈਨੂੰ 5 ਵਜੇ ਲਜਾਂਦਾ ਵੀ ਰਿਹਾ ਦੇਖੋ ਸਬੂਤ ਤਾਂ ਕੋਈ ਦਿਖਾਓ ਨਾ ਠੀਕ ਤੁਸੀਂ ਕਹਿ ਰਹੇ ਹੋ ਲੇਕਿਨ ਸਬੂਤ ਤਾਂ ਕੋਈ ਦਿਖਾਓ ਕੋਈ ਨਾ ਤੁਹਾਡੇ ਕੋਲ ਰਿਕਾਰਡਿੰਗ ਆ ਕੋਈ ਐਲੀਗੇਸ਼ਨ ਲਗਾ ਰਹੇ ਹੋ ਪਰ ਸਬੂਤ ਨਹੀਂ ਕੋਈ ਵੀ ਦਿਖ ਰਿਹਾ ਸਬੂਤ ਨਹੀਂ ਕੋਈ ਵੀ ਦਿਖ ਰਿਹਾ ਸਬੂਤ ਹੈਗਾ ਵਾ ਟਿੱਕੀ ਟਿੱਕੀ ਉਹ ਮੇਰੇ ਐਪ ਦੇ ਵਿੱਚ ਮੇਰੀਆਂ ਫੋਟੋਆਂ ਵਗੈਰਾ ਵੀ ਕਿਹੜੇ ਐਪ ਦਿਖਾਓ ਦਿਖਾਓ ਮੇਰੇ ਕੋਲ ਫੋਨ ਹੈਗਾ ਕਿਸੇ ਕੋ ਤੁਹਾਡੇ ਕੋ ਫੋਨ ਹੈਗਾ ਤੇ ਮੈਂ ਡਾਊਨਲੋਡ ਕਰਕੇ ਦੱਸ ਦਿੰਦੀ ਆ ਦਿਖਾ ਦਿੰਦੀ ਟਿੱਕੀ ਟਿੱਕੀ ਆ ਯਾਰੇ ਕੀ ਕਰਦੀ ਕੀ ਦੇਖ ਟਿੱਕੀ ਐਪ ਲਗਾ ਡਾਊਨਲੋਡ ਕਰਕੇ ਟਿੱਕੀ ਆ ਫੋਟੋ चार्जर भी दिए ਜਾਉਂਗੇ ਆਪਣਾ ਨਾਮ ਕੀ ਮੇਰਾ ਨਾਮ ਪਵਨ ਪਵਨ ਜੀ ਕੀ ਰਿਲੇਸ਼ਨ ਕੀ ਆਪਣਾ ਇਸ ਲੜਕੀ ਨਾਲ ਇਹ ਸਾਡੀ ਰਿਸ਼ਤੇਦਾਰ ਹੀ ਨੇ ਅੱਛਾ ਜੀ ਕਹਿੰਦੇ ਤੁਹਾਡੀਆਂ ਗਲਤ ਰਿਪੋਰਟਾਂ ਮਿਲਦੀਆਂ ਨੇ ਸਾਰੇ ਪਾਸੇ ਮਹੱਲੇ ਤੋਂ ਤੇ ਤੁਹਾਡੇ ਰਿਸ਼ਤੇਦਾਰੀ ਇਹ ਕਹਿ ਰਹੇ ਨੇ ਗਲਤ ਰਿਪੋਰਟਾਂ ਵੀ ਤਾਂ ਹੀ ਮਿਲਦੀਆਂ ਇਹਨਾਂ ਦਾ ਮੁੰਡਾ ਗਲਤ ਕਰਦਾ ਸੀ ਮੇਰਾ ਅੱਛਾ ਇਹਨਾਂ ਦਾ ਮੁੰਡਾ ਇਹਨਾਂ ਦਾ ਮੁੰਡਾ ਨਹੀਂ ਮੇਰੇ ਵਿਸ਼ਾਲ ਜੇਠ ਮੁੰਡੇ ਨਾਲ ਮੇਰੀ ਸੀ ਦੱਸੋ ਮੇਰੇ ਮੁੰਡੇ ਨੂੰ ਵਿੱਚ ਲਪੇੜਨ ਨਹੀਂ ਦੱਸੋ ਜਾ ਬਾਕੀ ਤਾਂ ਮੈਂ ਗੱਲ ਕੀਤੀ ਨਹੀਂ ਹੁਣ ਤੁਹਾਡੇ ਸਾਹਮਣੇ ਗਿਆ ਜੀ ਰਿਕਾਰਡਿੰਗ ਹੋਈ ਹੈ ਲਓ ਜੀ ਦੱਸੋ ਹੁਣ ਮੇਰੇ ਮੁੰਡੇ ਹੱਲ ਹੋ ਗਈ ਹੈ ਜੀ ਦੱਸੋ ਹੁਣ ਕਹਿੰਦੇ ਮੈਂ ਨਹੀਂ ਹੋਈ ਨਹੀਂ ਉਧਰ ਗਏ ਉਧਰ ਗਏ ਮੈਨੂੰ ਨਾ ਕੋ ਉਧਰ ਕੋ ਵੀ ਮੈਂ ਨਹੀਂ ਹੋਈ ਨਹੀਂ ਹੋਈ ਨਹੀਂ ਹੋਈ ਮੈਂ ਹੋਈ ਮੈਂ ਹੋਈ ਅਸੀਂ ਇਸ ਬਾਰੇ ਹੁਣ ਇਸ ਤੋਂ ਜ਼ਿਆਦਾ ਕੋਈ ਨਹੀਂ ਗੱਲ ਕਰ ਸਕਦੇ ਸਾਰੇ ਤਾਂ ਤੁਹਾਨੂੰ ਤੁਹਾਡੇ ਖਿਲਾਫ ਬੋਲਦੇ ਪਏ ਨੇ ਤੁਸੀਂ ਕਿਸ ਤਰੀਕੇ ਨਾਲ ਇਨਸਾਫ ਲਓਗੇ ਇਨਸਾਫ ਮੈਨੂੰ ਚਾਹੀਦਾ ਆ ਮੈਂ ਰਿਪੋਰਟ ਦਊਂਗੀ ਨਹੀਂ ਕਿਸ ਤਰ੍ਹਾਂ ਇਨਸਾਫ ਲਓਗੇ ਮੱਲੇ ਵਾਲੇ ਵੀ ਤੁਹਾਡੇ ਖਿਲਾਫ ਨੇ ਸਾਰੇ ਖਿਲਾਫ ਨੇ ਨਾ ਸਾਰੇ ਖਿਲਾਫ ਨੇ ਤੁਹਾਡੇ ਕੋਲ ਕੋਈ ਪ੍ਰੂਫ ਹੀ ਨਹੀਂ ਹੈਗਾ ਉਹਨਾਂ ਦੇ ਪ੍ਰੂਫ ਹੈ ਨਾ ਮੈਂ ਤੁਹਾਨੂੰ ਕਿਹਾ ਮੇਰੇ ਤੋਂ ਟਿਕਟ ਕੀ ਐਪ ਡਾਊਨਲੋਡ ਕਰੋ ਮੈਂ ਤੁਹਾਨੂੰ ਸਭ ਕੁਝ ਦਿਖਾਣੀ ਆ ਹਾਂਜੀ ਉਹ ਕਰ ਟਿਕਟ ਕੀ ਐਪ ਡਾਊਨਲੋਡ ਕਰਦੇ ਪਏ ਆ ਉਹ ਦੇ ਵਿੱਚ ਮੈਨੂੰ ਲੈ ਕੇ ਜਾਂਦਾ ਰਿਹਾ ਵਾ ਸਾਰੇ ਇਹ ਵੀਡੀਓ ਵੀ ਟਿਕਟ ਕੀ ਐਪ ਦੇ ਵਿੱਚ ਪਈ ਹੋਈ ਹੈ ਮੈਂ ਨਕੋਦਰ ਇੱਕ ਵਾਰੀ ਨਕੋਦਰ ਲੈ ਕੇ ਗਿਆ ਆ ਨਾਈਟ ਰਹੇ ਆ ਠੀਕ ਆ ਜੀ ਉੱਥੇ ਪ੍ਰੂਫ ਵੀ ਲੱਗੇ ਆ ਉੱਥੇ ਇਹਨੇ ਵੀ ਸਾਈਨ ਕੀਤੇ ਮੈਂ ਵੀ ਸਾਈਨ ਕੀਤੇ ਨਹੀਂ ਤੁਹਾਡੇ ਤੁਹਾਡੇ ਪ੍ਰੂਫ ਵੀ ਲੱਗੇ ਤੁਹਾਡਾ ਆਧਾਰ ਕਾਰਡ ਵਗੈਰਾ ਸਾਰਾ ਕੁਝ ਹੈਗਾ ਤੁਹਾਡੇ ਕੋਲ ਮੇਰਾ ਪ੍ਰੂਫ ਵੀ ਲੱਗਾ ਤੇ ਵਿਸ਼ਾਲ ਦਾ ਵੀ ਪ੍ਰੂਫ ਲੱਗਾ ਸੀਗਾ ਤੇ ਮੈਨੂੰ ਉਸ ਤੋਂ ਬਾਅਦ ਇਹ ਮੇਰੇ ਪਿਛਲੇ ਸਾਈਡ ਪੈਲਸ ਆ ਉੱਥੇ ਵੀ ਆਉਂਦਾ ਰਿਹਾ ਮੇਰੇ ਕੋਲੋਂ ਮਹੀਨਾ ਆ ਗਿਆ ਹੋਣਾ 20 ਵਾਰ ਹੀ ਆ ਗਿਆ ਹੋਣਾ ਮੇਰੇ ਕੋਲੋਂ ਠੀਕ ਆ ਜੀ ਤੇ ਫਿਰ ਉਸ ਤੋਂ ਬਾਅਦ ਇੱਧਰਲੀ ਸਾਈਡ ਤੇ ਇੱਕ ਹੋਰ ਆ ਹੋਟਲ ਆ ਉੱਥੇ ਮੈਡਮ ਕੀ ਨਾਮ ਆ ਤੁਹਾਡਾ ਮੇਰਾ ਨਾਮ ਇੱਥੇ ਆਈਡੀ ਤੇ ਹੈਗਾ ਵਾ ਆਰਤੀ ਮੱਟੂ ਸਪੈਲਿੰਗ ਮੱਟੂ ਕਿਹਦੇ ਨਾਮ ਤੇ ਲਿਖ ਰੱਖਿਆ ਸੀ ਨਾਮ ਇਹ ਮੇਰਾ ਗੋਤ ਆ ਅੱਛਾ ਜੀ ਸਪੈਲਿੰਗ ਬੋਲਿਓ ਮੈਡਮ ਡਬਲ ਏ ਆ ਟੀ ਆਈ ਸਾਰੇ ਲੈ ਲੋ ਕਿਉਂ ਮੈਡਮ ਦੇਖ ਵੀ ਲੈਣ ਦੋ ਇੱਕ ਨੂੰ ਪਿੱਛੇ ਫੋਟੋ ਕਰੋ ਸਕਰੋਲ ਅਪ ਇੱਕ ਨੂੰ ਫੋਨ ਫੋਟੋਆਂ ਦਿਖਾਈਆਂ ਜਾ ਰਹੀਆਂ ਨੇ ਉਹਨਾਂ ਦੇ ਉੱਪਰ ਕੀ ਕਹਿੰਦੇ ਤੁਹਾਡਾ ਬੇਟਾ ਭਾਜੀ ਇਹ ਤੁਹਾਡਾ ਬੇਟਾ ਬਿਲਕੁਲ
परिवार एक है, परिवार आना जाना है, ठीक है जी। और मेरे परिवार आके मेरे घर ही बैठी रहती सी, क्योंकि वह काम से चल जाता सी, कल्ली सी, इन्हें घर आके बैठ जाना। तो हुण घर दे विच मुंडे आते जाते ने, फिरते ने। हुण आपां एक कहने आ, एक व्याही वरी लेडी का किदा किसी दे नाल रिलेशन हो जाएगा। साढ़े घर भी कुड़ियां ने, साढ़े घर भी नूहां धीआं ने, ठीक है, साढ़े घर भी मुंडे आते जाते ने। इहदा मतलब ये तो नहीं किसी नाल आपां रिलेशन कायम कर दिंदे आ। किदा कायम हो गए, किसी नाल फोटोआं खिचाईआं जां कुछ भी कीता। इहनू ते अपने मुंडे नू भी मैं बड़ी बारी समझा बैठा इहनां नू। उह कहिंदा पापा जी मैं तरस खाना वा, कि इह कहिंदी मेरा कोई नहीं, मेरा सुणदा नहीं, मेरा इदां ਉਹ ਕਰ ਦਿੱਤਾ। ਇਹਨਾਂ ਨੂੰ ਸਮਝਾਇਆ, ਇਹਨਾਂ ਨੂੰ ਇੱਕ ਵਾਰੀ ਨਹੀਂ, ਇਹ 6 ਵਾਰੀ ਘੱਟੋ ਘੱਟ ਮਤਲਬ ਕਰਸ ਦੇ ਆਧਾਰ ਤੇ ਇਹਨਾਂ ਨਾਲ ਰਿਲੇਸ਼ਨ ਚ ਸੀ। ਮੈਂ ਕਿਹਾ ਜੀ ਪਤਾ ਨਹੀਂ ਜੀ, ਇਹ ਤਾਂ ਇਹੀ ਜਾਣ ਸਰ, ਇਹ ਤਾਂ ਮੰਨਦੇ ਕਿ ਤੁਹਾਡਾ ਬੇਟਾ ਰਿਲੇਸ਼ਨ ਦੇ ਵਿੱਚ ਸੀਗਾ ਉਸ ਨਾਲ। ਰਿਲੇਸ਼ਨ ਦੇ ਵਿੱਚ ਇਸ ਤਰ੍ਹਾਂ ਜੀ ਕਿ ਹੁਣ ਘਰ ਇੱਕੋ ਹੀ ਨੇ, ਆਣਾ ਜਾਣਾ ਇਹਨਾਂ ਦਾ ਵੀ ਹੈ, ਠੀਕ ਹੈ ਕਿ ਨਹੀਂ। ਇਹ ਵੀ ਆਉਂਦੇ ਜਾਂਦੇ ਨੇ ਘਰ, ਤੇ ਉਹਦੇ 'ਚ ਹੁਣ ਮੈਂ ਕੀ ਕਰਾਂ। ਨਹੀਂ ਨਹੀਂ ਸਰ, ਫੈਨ ਦਾ ਰਿਲੇਸ਼ਨ ਹੈ, ਠੀਕ ਹੈ, ਲੇਕਿਨ ਇਹ ਕਹਿ ਰਹੀ ਤੁਸੀਂ ਕਹਿ ਰਹੇ ਹੋ ਤਰਸ ਦੇ ਆਧਾਰ ਤੇ, ਪਰ ਇਹ ਤਾਂ ਮੰਨਦੇ ਹੋ ਕਿ ਵਿਸ਼ਾਲ ਦਾ ਇਸ ਕੁੜੀ ਦੇ ਨਾਲ ਰਿਲੇਸ਼ਨ ਹੈ। ਮੈਂ ਜੀ, ਮੈਨੂੰ ਇਹਨੂੰ ਪੁੱਛੋ ਸਾਨੂੰ ਕਿਸੇ ਚੀਜ਼ ਬਾਰੇ ਨੌਲੇਜ ਹੈ। ਅਸੀਂ ਇਹਨੂੰ ਇਹ ਸਰ ਤਸਵੀਰਾਂ ਜਾਂ ਵੀਡੀਓਜ਼ ਦਿਖਾ ਰਹੀ ਨੇ, ਉਸ ਵੀਡੀਓ ਦੇ ਵਿੱਚ ਨਾਲ ਇਹ ਕਹਿ ਸਕਦਾ ਜੀ ਮੈਂ ਇਹ ਜਿਹੜਾ ਕਰਦੇ ਆ, ਚਲੋ ਪੋਜ਼ ਨਹੀਂ ਹੋਇਆ ਇਹਦਾ, ਠੀਕ ਹੈ। ਇਹ 1.5 ਸਾਲ ਦਾ ਬੱਚਾ ਛੱਡ ਕੇ ਇੱਥੇ ਕਿਸੇ ਹੋਰ ਕਿਸੇ ਨੂੰ ਨੰਬਰ ਨੰਬਰ ਸਿੱਟਿਆ, ਕਈ ਗੱਲਾਂ ਜਿੱਦਾਂ ਤੁਸੀਂ ਨੋਟ ਕੀਤੀਆਂ ਹੋਣੀਆਂ। ਹੁਣ ਇੱਕ ਨਾਲ ਕਿਸੇ ਨਾਲ ਹੋਵੇ ਤੇ ਅਸੀਂ ਕਹਿੰਦੇ ਆ ਕਿ ਹਾਂ ਵੀ ਇਹਦਾ ਇੱਕ ਨਾਲ ਕਿਸੇ ਨਾਲ ਤੇ ਪਿਆਰ ਹੋ ਗਿਆ, ਦੈਟਸ ਅ ਪੋਸੀਬਲ, ਠੀਕ ਹੈ ਜੀ। ਉਹ ਨਹੀਂ ਇਹਨੂੰ ਪਸੰਦ, ਉਹਦੇ ਨਾਲ ਹੋ ਗਿਆ, ਅਸੀਂ ਮੰਨ ਸਕਦੇ ਹਾਂ। ਉਹ ਅੱਜ ਇਹਦੇ ਨਾਲ ਹੈ, ਕੱਲ ਉਹਦੇ ਨਾਲ ਹੈ, ਪਰਸੋਂ ਉਹਦੇ ਨਾਲ ਹੈ, ਭਾਜੀ ਕਿਹਦੇ ਕਿਹਦੇ ਨਾਲ ਵਿਆਹ ਵਾਂਗੇ। ਇਸ ਚੀਜ਼ ਦੇ ਬਾਰੇ ਤਾਂ ਵਿਸ਼ਾਲ ਨੂੰ ਵੀ ਪਤਾ ਹੋਏਗਾ ਨਾ ਸਰ, ਕਿਸ ਚੀਜ਼ ਵਿਸ਼ਾਲ ਜਿਹੜੀ ਤੁਸੀਂ ਗੱਲਾਂ ਕਹਿ ਰਹੇ ਹੋ ਕਿ ਵਿਸ਼ਾਲ ਵੀ ਤਾਂ ਇਸ ਮੁੱਲੇ ਤੇ, ਉਸ ਤੋਂ ਬਾਅਦ ਉਹ ਤਾਂ ਕਹਿਣਗੇ ਕੁਝ ਦਿਨ ਪਹਿਲੇ ਜਿਹੜਾ ਮੈਂ ਨਾਲ ਉਹਦੇ ਮੈਨੂੰ ਲੈ ਕੇ ਗਿਆ ਸੀਗਾ। ਭਾਜੀ ਲੈ ਕੇ ਮੈਂ ਤੁਹਾਨੂੰ 2 ਮਿੰਟ ਰੁਕੋ, ਫਿਰ ਮੈਂ ਫੋਨ ਮੰਗਾਵਾਂ ਜੀ। ਮੰਗਾ ਲਓ ਸਰ ਜੋ ਦਿਖਾਣਾ। ਮਤਲਬ ਤੁਸੀਂ ਕਹਿੰਦੇ ਤਮਾਸ਼ਾ ਪੂਰਾ ਕਰੀਏ ਸਰ, ਤਮਾਸ਼ੇ ਦੀ ਗੱਲ ਜੋ ਹੈ ਅਸੀਂ ਥੋੜੀ ਕਹਿ ਰਹੇ ਸਰ, ਅਸੀਂ ਨਹੀਂ ਕਹਿ ਰਹੇ ਸਰ, ਜੋ ਲੜਕੀ ਦੀ ਐਲੀਗੇਸ਼ਨ ਹੈ ਤੁਸੀਂ ਇਹ ਗੱਲ ਦੇ ਉੱਪਰ। ਮੈਂ ਸਿਰਫ ਇਸ ਕਰਕੇ ਕਹਿ ਰਿਹਾ ਕਿ ਇਹ ਆਪਣੀ ਫੈਮਿਲੀ ਦੀ, ਇਹ ਆਪਣੀ ਫੈਮਿਲੀ ਦੀ ਹੈ, ਇਹਨੂੰ ਮੈਂ ਕਹਿੰਦਾ ਕਿ ਤਮਾਸ਼ਾ ਨਾ ਕਰ। ਜੇ ਹੋ ਬਣਾਇਆ ਉਹ ਤਮਾਸ਼ਾ ਨਹੀਂ ਬੱਚੇ, ਵਿਆਹੀ ਵਰੀ, ਵਿਆਹੀ ਵਰੀ ਨੂੰ ਵੀ ਤੇ ਚਾਹੀਦਾ ਸੀਗਾ ਨਾ ਕਿ ਉਹਦੇ ਨਾਲ ਰਿਲੇਸ਼ਨ ਬਣਾ ਦੇ। ਇੱਕ ਵਾਰੇ ਨੂੰ ਵਿਆਹੀ ਵਰੀ ਦੀ ਲਾਈਫ ਖਰਾਬ ਕਰ ਰਿਹਾ, ਵਿਆਹੀ ਵਰੀ ਤਾਂ ਉਹ ਕਰ ਰਹੀ ਸੀਗੀ, ਜੇ ਤੁਹਾਡਾ ਮੁੰਡਾ ਕੁਝ ਕਰਦਾ ਹੋਊਗਾ ਤਾਂ ਉਹ ਕਰਦੀ ਹੋਊਗੀ। ਭਾਜੀ ਤਾੜੀ ਦੋਨਾਂ ਹੱਥਾਂ ਨਾਲ ਵੱਜਦੀ ਹੈ, ਫਿਰ ਉਹ ਵੀ ਤਾਂ ਉਹੀ ਕਹਿ ਰਹੀ ਸੀ, ਤਾੜੀ ਦੋਨਾਂ ਹੱਥਾਂ ਨਾਲ ਵੱਜਦੀ, ਤੁਸੀਂ ਉਹਦੇ ਐਕਸੈਪਟ ਨਹੀਂ ਕਰ ਰਹੇ ਸੀ। ਕੀ ਐਕਸੈਪਟ ਕਰਾਂ, ਤੁਸੀਂ ਤੁਹਾਡੇ ਮੁੰਡੇ ਦੀ ਗਲਤੀ ਹੋਊਗੀ, ਤੁਸੀਂ ਕਹਿ ਰਹੇ ਕੋਈ ਗਲਤੀ ਨਹੀਂ। ਮੈਂ ਇਹ ਨਹੀਂ ਕਹਿ ਰਿਹਾ ਗਲਤੀ ਨਹੀਂ, ਮੈਂ ਕਹਿੰਦਾ ਇਹਨਾਂ ਨੂੰ 10 ਵਾਰੀ ਕਰਾ ਬੈਠੇ ਆ, 10 ਵਾਰੀ ਇਹਨਾਂ ਦਾ ਪੈਚਅਪ ਹੋ ਬੈਠਾ ਜੀ, ਫਿਰ ਉਸ ਤੋਂ ਬਾਅਦ ਫਿਰ ਗਲਤੀਆਂ ਕਰੀ ਜਾਣ ਤੇ ਫਿਰ ਉਹ 'ਚ ਮੇਰਾ ਕੀ ਕਸੂਰ, ਅਸੀਂ ਕੀ ਕਰ ਸਕਦੇ ਹਾਂ ਸਰ? ਮੁੰਡਾ ਬਾਲਗ ਹੈ, ਬਾਲਕ ਦੋਨੋਂ ਹੀ ਬਾਲਕ ਨੇ, ਦੋਨੋਂ ਬਾਲਕ ਨੇ। ਹਾਂ ਸਰ, ਮੁੰਡੇ ਨੇ ਇੱਕ ਵਾਰੀ ਸਾਹਮਣੇ ਕਰ, ਜੋ ਐਲੀਗੇਸ਼ਨ ਉਹਦੇ ਉੱਪਰ ਲੱਗ ਰਹੇ ਨੇ, ਅਗਰ ਉਹ ਰਹਿਣ ਜੋ ਪਿੰਡ ਹੈ, ਮੈਂ ਉਹਨੂੰ ਫੋਨ ਕਰ ਰਿਹਾ ਵਾਂ, ਉਹ ਮੇ ਵੀ ਥੋੜੀ ਦੇਰ ਤੱਕ ਪਹੁੰਚ ਜਾਊਗਾ। ਜੇ ਅਡਲਟ ਨੇ ਫਿਰ ਦੋਨੇ ਜੇ ਜੋ ਡਿਸੀਜਨ ਲੈਣਗੇ ਤੇ ਦੋਨੇ ਰਹਿ ਸਕਦੇ। ਹਾਂ ਮੈਂ ਤਾਂ ਕਿਹਾ ਲੋ, ਉਹਨੂੰ ਵੀ ਕਿਹਾ ਮੈਂ, ਕਿਹਾ ਬਈ ਤੂੰ ਇਹਦੇ ਨਾਲ ਰਹਿਣਾ? ਉਹ ਕਹਿੰਦਾ ਨਹੀਂ ਜੀ, ਮੇਰੀ ਕੋਈ ਇਦਾਂ ਦੀ ਇਹਦੇ ਨਾਲ ਗੱਲ ਨਹੀਂ ਹੋਈ। ਇਹ ਕਹਿ ਰਹੇ ਕਿ ਥੋੜੇ ਦਿਨ ਪਹਿਲਾਂ ਕਿਰਾਏ ਤੇ ਵੀ ਲੈ ਕੇ ਗਿਆ ਸੀਗਾ ਮੈਨੂੰ। ਕਿਤੇ ਭਾਜੀ ਪਤਾ ਨਹੀਂ, ਸਾਨੂੰ ਤਾਂ ਪਤਾ ਨਹੀਂ, ਅਸੀਂ ਤਾਂ ਇਹਨਾਂ ਨੂੰ ਬਸ ਜਦੋਂ ਬੱਸ ਸਟੈਂਡ ਤੋਂ ਜਾਂ ਕਿਤੇ ਰੋਡ ਤੋਂ ਇਦਾਂ ਹੀ ਫੜ ਲਈਏ ਤੇ ਕਿਤੇ ਕਹਿ ਦਈਏ ਕਿ ਓਏ ਕਾਕਾ ਇਹ ਕੀ ਗਲਤ ਗੱਲ ਹੈ, ਚੱਲ ਤੂੰ ਆਪਣੇ ਘਰ, ਤੂੰ ਆਪਣੇ ਘਰ ਬਣਦਾ, ਉਹ ਸਮਝਾਈਦਾ। ਬਾਕੀ ਇਹ ਕਹਾਣੀਆਂ ਬਹੁਤ ਨੇ, ਤੁਸੀਂ ਪਤਾ ਕਰੋ। ਕਹਾਣੀਆਂ ਦੀ ਸ਼ੁਰੂਆਤ, ਕਹਾਣੀਆਂ ਦੀ ਸ਼ੁਰੂਆਤ ਜਿਹੜੀ ਹੈ, ਉਹਨਾਂ ਨੇ ਗੱਲ ਕੀਤੀ ਹੈ, ਤੁਸੀਂ ਕਹਿੰਦੇ ਸੀ ਕੋਈ ਇਦਾਂ ਦੀ ਗੱਲਬਾਤ ਨਹੀਂ, ਲੇਕਿਨ ਹੁਣ ਜਦੋਂ ਫੋਟੋਜ਼ ਜਾਂ ਵੀਡੀਓ ਸਾਹਮਣੇ ਆਈਆਂ ਨੇ, ਹੁਣ ਤੁਸੀਂ ਉਸ ਚੀਜ਼ ਦੇ ਪ੍ਰਭਾਵ ਪਾ ਰਹੇ ਹੋ ਕਿ ਹਾਂ ਅਸੀਂ ਸਮਝਾਉਂਦੇ ਸੀਗੇ, ਜਾਂਦੀ ਸੀ। ਮੈਂ ਪਹਿਲੇ ਹੀ ਕਹਿ ਰਿਹਾ, ਇੱਥੇ ਹੀ ਇਹਨੇ ਨੰਬਰ ਛੱਡਦੇ ਆ, ਉਹ ਮੁੰਡੇ ਉੱਪਰ ਕਿਰਾਏ ਤੇ ਰਹਿੰਦੇ ਸੀਗੇ ਉਹਨਾਂ ਨਾਲ, ਠੀਕ ਹੈ ਜੀ। ਉਸ ਤੋਂ ਬਾਅਦ ਪਤਾ ਨਹੀਂ ਇੱਕ ਹੋਰ ਮੁੰਡਾ, ਆ ਜਿਹੜੇ ਉਹਨਾਂ ਦੇ ਪੜੋਸੀ ਨੇ, ਉਹਨਾਂ ਨੇ ਦੱਸਿਆ ਕਿ 2 ਹੋਰ ਕਿਸੇ ਦੇ ਨਾਲ, ਠੀਕ ਹੈ ਜੀ। ਉਹਨਾਂ ਨੂੰ ਵੀ ਪੁੱਛੋ, ਉਹਨਾਂ ਨੇ ਵੀ ਦੱਸਿਆ ਤੁਹਾਨੂੰ ਕਿ 2 ਹੋਰ ਕਿਸੇ ਬੰਦਿਆਂ ਦੇ ਨਾਲ ਉਹਨਾਂ ਨੇ ਇਹਨੂੰ ਪਕੜਿਆ। ਕਿਹਦੇ ਕਿਹਦੇ ਨਾਲ ਅਸੀਂ ਸੌਰਟ ਆਊਟ ਕਰੀਏ, ਜੋ ਐਲੀਗੇਸ਼ਨ ਤੁਹਾਡੇ ਉੱਪਰ, ਜੋ ਐਲੀਗੇਸ਼ਨ ਤੁਹਾਡੇ ਉੱਪਰ, ਉਹਦੇ ਉੱਪਰ ਕੀ ਕਹਿਣਾ ਕਿ ਤੁਹਾਨੂੰ ਫੜਿਆ ਗਿਆ ਸੀਗਾ? ਹਾਂਜੀ, ਮੇਰੀ ਗੱਲ ਸੁਣੋ, ਪਤਾ ਤੇ ਇਹਨਾਂ ਦੇ ਮੁੰਡੇ ਨੂੰ ਵੀ ਸੀਗਾ ਸਭ। ਆ ਦੇਖੋ, ਇਹਨਾਂ ਦਾ ਪੜੋਸੀ ਹੈ ਜਿਨ੍ਹਾਂ ਨੇ 2 ਹੋਰ ਬੰਦਿਆਂ ਨਾਲ ਇਹਨਾਂ ਨੂੰ, ਕੀ ਨਾਮ ਹੈ ਸਰ ਤੁਹਾਡਾ? ਬਾਰ-ਬਾਰ ਇਹੀ ਸੌਰਟ ਆਊਟ ਕਰੀ ਜਾਈਏ। ਮੈਂ ਗੁਰਦੁਆਰੇ ਜੀ ਪੱਕੇ ਬਾਗ ਦਾ ਸੈਕਟਰੀ ਹੈ ਜੀ। ਇਹ ਲੜਕੀ ਗਲਤ ਹੈ, ਇਹਨੂੰ 2 ਵਾਰੀ ਮੈਂ ਆਪ ਫੜਿਆ ਜੀ ਰੰਗੇ ਹੱਥੀ। ਇਹ ਬਿਲਕੁਲ ਮੇਰੇ ਘਰ ਦੇ ਨਾਲ ਇਹਨਾਂ ਦਾ ਘਰ ਹੈ, ਮੁੰਡੇ ਦਾ ਪੜੋਸੀ ਘਰ ਹੈ।
ਇਹਨੂੰ ਮੈਂ ਫੜਿਆ ਜੀ ਦੋ ਵਾਰੀ ਇਹ ਗਲਤ ਹੈ ਇਹਨੂੰ ਜਦੋਂ ਜਿਸ ਦਿਨ ਇਹਨੂੰ ਭੇਜਿਆ ਸੀ ਰੰਗੇ ਹੱਥੀ ਫੜਿਆ ਇਹਨੂੰ ਇਹ ਤੁਸੀਂ ਇਹਦੇ ਮੁੰਡੇ ਦੀ ਗੱਲ ਕਰਦੇ ਪਏ ਹੋ ਇਹਦੇ ਮੁੰਡੇ ਤੋਂ ਇਲਾਵਾ ਤਿੰਨ ਚਾਰ ਮੁੰਡਿਆਂ ਦਾ ਫੜਿਆ ਸੀਗਾ ਮੇਰਾ ਨਾਮ ਆਰਵੀ ਠੀਕ ਹੈ ਉੱਥੇ ਸਾਹਮਣੇ ਮੁੰਡਾ ਰਹਿੰਦਾ ਇਹਨੇ ਉਹਨੂੰ ਵੀ ਨੰਬਰ ਦਿੱਤਾ ਸੀਗਾ ਤੇ ਉਹਨੂੰ ਵੀ ਕੁਟਵਾਇਆ ਇਹਨੇ ਬਾਅਦ ਚ ਆਪਣੇ ਹਸਬੰਡ ਕੋਲੋਂ ਲੜਕੀਆਂ ਕੋਲੋਂ ਉਹਨੂੰ ਹਰ ਕਿਸੇ ਨੇ ਇਦਾਂ ਸੀਗਾ ਮਤਲਬ ਮੁੰਡੇ ਭੇਜ ਕੇ ਕੁਟਵਾਇਆ ਜਾਂਦਾ ਓਏ ਵੀ ਇਹ ਕੋਲ ਬੰਦੇ ਦਾ ਮਤਲਬ ਮੈਨੂੰ ਛੇੜ ਦੇ ਜਿੱਦਾਂ ਲੜਦੇ ਆ ਹਸਬੰਡ ਉਹਦੇ ਤੋਂ ਕਿੱਦਾਂ ਨੰਬਰ ਆ ਬਸ ਆ ਗੱਲ ਉਹਦੇ ਵੀ ਬਾਹ ਤੋੜ ਦਿੱਤੀ ਉਦੋਂ ਜੀ ਇਹਨੇ ਕਿਹਦੇ ਨਾਲ ਆਪਾਂ ਪੈਚਅਪ ਕਰਵਾਈਏ ਸੱਚ ਹੈ ਮੇਰੀ ਗੱਲ ਸੁਣੋ ਮੈਨੂੰ ਕੁਛ ਨਹੀਂ ਗੱਲ ਦਾ ਪਤਾ ਨਹੀਂ ਉਹਦਾ ਨਹੀਂ ਪਤਾ ਜਿਹੜਾ ਪਾੜੇ ਸੀਗਾ ਮੈਂ ਬੁਲਾ ਲੈਣਾ ਬੁਲਾ ਉਹਨੂੰ ਵੀ ਬੁਲਾ ਲੈਣਾ ਬੁਲਾਓ 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 ਵੀ ਆ ਜਾਏਗਾ ਇੱਥੇ ਨੰਬਰ ਦਾ ਉਹਨੇ ਵੀ ਆਇਆ ਨੰਬਰ ਬੁਲਾਓ 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 ਮੈਂ ਗੱਲ ਨਹੀਂ ਸੀ ਇੰਨੀ ਗੱਲ ਦਾ ਤੈਨੂੰ ਪਤਾ ਸੀ ਪਤਾ ਸੀ ਸਾਡੇ ਹਸਬੰਡ ਨੇ ਕੁੱਟਿਆ ਕਰ ਲਈ ਉਹਨੂੰ ਵੀ ਨੰਬਰ ਉਹਦਾ ਸੀਗਾ ਨਾ ਤੁਹਾਡਾ ਕਿੱਦਾਂ ਆ ਗਿਆ ਨੰਬਰ ਹਸਬੰਡ ਨੇ ਕੁੱਟਿਆ ਤੇ ਮੇਰੀ ਗੱਲ ਸੁਣੋ ਵਿਸ਼ਾਲ ਕੇ ਦੂਰ ਦੂਰ ਰਹਿੰਦਾ ਸੀ ਉਹਦੀ ਗੱਲ ਉਹਨੂੰ ਵੀ ਇੰਨੀ ਗੱਲ ਦਾ ਪਤਾ ਸੀ ਕਿ ਆ ਕੁੜੀ ਗੱਲ ਦਾ ਮੈਂ ਜਿਹਦੀ ਬਾਹ ਤੋੜੀ ਜਿਹਦੀ ਬਾਹ ਤੋੜੀ ਘਰੋਂ ਬਾਹਰ ਕੱਢਿਆ ਸੀ ਉਦੋਂ ਦੀ ਭੈਣਾਂ ਵੀ ਨਾਲ ਸੀ ਅੱਜ ਉਹ ਕਿੱਥੇ ਹੈ ਇਹਦੀ ਮਦਰ ਆਈ ਸੀ ਤਿੰਨ ਚਾਰ ਦਿਨ ਪਹਿਲਾਂ ਇਹਨਾਂ ਦੇ ਘਰ ਚਾਰ ਪੰਜ ਵਾਰੀ ਦੇ ਚਾਰ ਪੰਜ ਦਿਨ ਉਹਨੂੰ ਮਦਰ ਨੂੰ ਕਹਿੰਦੀ ਕਿੰਨੀ ਠੀਕ ਹੈ ਜੀ ਇਹ ਨਹੀਂ ਰਹਿਣਾ ਚਾਹੁੰਦੀ ਅੱਜ ਇਹ ਆ ਗਈ ਹੈ ਤਮਾਸ਼ਾ ਕਰਨ ਇੱਥੇ ਇਹ ਗਲਤ ਹੈਗੀ ਇਹਦੀ ਹੈ ਨਹੀਂ ਇਹਨੂੰ ਕਿੱਦਾਂ ਦੇਖਦੇ ਹੋ ਕਿ ਹਰ ਕੋਈ ਬੰਦਾ ਤੁਹਾਨੂੰ ਗਲਤ ਕਹਿ ਰਿਹਾ ਜੀ ਜਿਹਦੇ ਕੋਲ ਵੀ ਤੁਸੀਂ ਜਾ ਰਹੇ ਹੋ ਉਹੀ ਤੁਹਾਨੂੰ ਗਲਤ ਕਹਿ ਰਹੇ ਇੱਦਾਂ ਕਿਉਂ ਤੁਹਾਨੂੰ ਹੀ ਕਿਉਂ ਸਾਰੇ ਗਲਤ ਕਹਿ ਰਹੇ ਨੇ ਜਿੱਥੇ ਮਰਜ਼ੀ ਵੈਰੀਫਾਈ ਕਰ ਲਓ ਭਾਜੀ ਇਹ ਸਭ ਕੁਝ ਪਰਸੈਂਟ ਗਲਤ ਹੈ ਜੀ ਇਹ ਗਲਤ ਹੈਗੀ ਹੈ ਜੀ ਲੜਕੀ ਇਹਨੂੰ ਮਹੱਲੇ ਚ ਆਪਾਂ ਰਹਿਣ ਦੇਣਾ ਤੁਹਾਨੂੰ ਮੈਂ ਸਾਫ ਦੱਸਦਾ ਜੀ ਨਾ ਇੱਥੇ ਰਹਿਣ ਦੇਣਾ ਨਾ ਕਿਸੇ ਹੋਰ ਮੁੰਡਿਆਂ ਰਹਿਣ ਦੇਣਾ ਇਹ ਪੁਲਿਸ ਜਾਏ ਥਾਣਾ ਜਾਏ ਜਿੱਥੇ ਮਰਜ਼ੀ ਜਾਏ ਅਸੀਂ ਨਹੀਂ ਇੱਥੇ ਰਹਿਣ ਦੇਣਾ ਸਿੱਧੀ ਗੱਲ ਮੁੱਕਦੀ ਜੀ ਕਿਵੇਂ ਦੇਖਦੇ ਹੋ ਮੁੱਲੇ ਦੇ ਮੌਤਵਾਰ ਜਿਹੜੇ ਨੇ ਉਹ ਕਹਿ ਰਹੇ ਨੇ ਨਹੀਂ ਰਹਿਣ ਦੇਵਾਂਗੇ ਨਾ ਰੱਖਣਾ ਮੈਂ ਤਾਂ ਰਹਿਣਾ ਤਾਂ ਵਿਸ਼ਾਲ ਨਾਲ ਸੀ ਜੀ ਮੈਂ ਰਹਿਣਾ ਤੇ ਵਿਸ਼ਾਲ ਹੀ ਹੈ ਤੇ ਰੱਖੇ ਮੈਨੂੰ ਤੇ ਤੇ ਵਿਸ਼ਾਲ ਹੀ ਹੈ ਨਹੀਂ ਇੱਥੇ ਵੀ ਆਪਾਂ ਕਰਨ ਕੀ ਆਏ ਇੱਥੇ ਤੇ ਮੈਂ ਵੀ ਤਾਂ ਉਹੀ ਕਹਿ ਰਹੀ ਹਾਂ ਜਿੰਨਾ ਚ ਉਹ ਮੇਰੇ ਸਾਹਮਣੇ ਆਏ ਸਾਰਾ ਕੁਝ ਆਪਣੇ ਮੂੰਹੋਂ ਬੋਲੇ ਜੋ ਮੇਰੇ ਨਾਲ ਉਹਨੇ ਕੀਤੀ ਆ ਠੀਕ ਆ ਮੈਂ ਕੋਈ ਇੰਨੀ ਤਾਂ ਕੁੜੀ ਕੋਈ ਪਾਗਲ ਨਹੀਂ ਹੈਗੀ ਜਿਹੜਾ ਇੰਨਾ ਸਾਰਾ ਕੁਝ ਤੁਹਾਡੇ ਸਾਰਿਆਂ ਨੇ ਲੋਕਾਂ ਨੂੰ ਮੈਂ ਇੱਥੇ ਸਾਰੇ ਇੰਡੀਆ ਨੂੰ ਸੁਣਾਉਂਦੀ ਫਿਰਦੀ ਹਾਂ ਮੈਨੇ ਪਾਗਲ ਨਹੀਂ ਹੈਗੀ ਦਾਦਾ ਦਾਦੀ ਪਾਲ ਰਹੇ ਆ ਇਹ ਮਹੀਨਾ ਮਹੀਨਾ ਨਹਾਂਦੀ ਨੀ ਸੀ ਇਹਦੇ ਜੱਟਾਂ ਹੋ ਗਈਆਂ ਇਹਦੇ ਵਾਲ ਕੱਟੇ ਮੁੰਡੇ ਘਰ ਵਾਲਿਆਂ ਨੇ ਇਹਨੂੰ ਅੱਜ ਪੁੱਛੋ ਕਿੱਥੇ ਖੜੀ ਹੈ ਇਹ ਮਹੀਨਾ ਮਹੀਨਾ ਨਹਾ ਇਹਨੂੰ ਪੁੱਛੋ ਮੈਂ ਫੜਿਆ ਕਿ ਨਹੀਂ ਫੜਿਆ ਇਹਨੂੰ ਮੋਬਾਈਲ ਦੇ ਕੋਲੋਂ ਫੜਿਆ ਰੰਗੇ ਹੱਥੀ ਬੋਲਦੀ ਕੋਲ ਨਹੀਂ ਇਹਨੂੰ ਰੰਗੇ ਹੱਥੀ ਫੜਿਆ ਮੈਂ ਇਹਨੂੰ ਮੈਂ ਆਪ ਭੇਜਿਆ ਇਹਨੂੰ ਘਰ ਇਹਦੀ ਭੈਣਾਂ ਨੂੰ ਬੁਲਾਇਆ ਮੈਂ ਕਿਹਾ ਇਹਨੂੰ ਪੁਲਿਸ ਲੈ ਜਾਓ ਅਸੀਂ ਇਹਨੂੰ ਉੱਥੇ ਰੱਖਣਾ ਉਹ ਮੰਨ ਕੇ ਲੈ ਗਈ ਜਿਹੜੀ ਭੈਣਾਂ ਨੇ ਮੰਨਿਆ ਗਲਤ ਹੈਗੀ ਹੈ ਸਾਡੀ ਭੈਣ ਉਹ ਲੈ ਗਈ ਇਹਨੂੰ ਇਸ ਟਾਈਮ ਪੇਪਰ ਮੈਂ ਹੀ ਬਣਾ ਕੇ ਦਿੱਤਾ ਜੀ ਇਹਨੂੰ ਇਸ ਟਾਈਮ ਲੈ ਗਿਆ ਮੈਂ ਹੀ ਆਪਣੀ ਮਰਜ਼ੀ ਨਾਲ ਜਾ ਰਹੀ ਹਾਂ ਮੇਰੇ ਇਹਨਾਂ ਨਾਲ ਕੋਈ ਲੈਣ ਦੇਣਾ ਜੇ ਮੈਂ ਕੋਈ ਕੱਲ੍ਹ ਨੂੰ ਗਲਤ ਸਟੈਪ ਚੱਕਦੀ ਮੈਂ ਆਪਣੀ ਜ਼ਿੰਮੇਵਾਰ ਆਪ ਹੋਵਾਂਗੀ ਜੀ ਲਿਖਿਆ ਇਹ ਸਾਰਾ ਤੁਸੀਂ ਪੜ੍ਹ ਸਕਦੇ ਹੋ ਬੇਟਾ ਇੱਕ ਪੇਪਰ ਇੱਕ ਹੋਰ ਸੀਗਾ ਉੱਤੇ ਕੌਂਸਲ ਸ਼ਹਿਰੀ ਚੱਡਾ ਦੀ ਮੋਹਰ ਹੈ ਗੁਰਦੁਆਰੇ ਨਿਰੰਕਾਰੀ ਜੋਤ ਦੀ ਮੋਹਰ ਹੈ ਇਹ ਸਾਰੇ ਮੁਹੱਲੇ ਵਾਲਿਆਂ ਦੀ ਉੱਤੇ ਹੋਏ ਪਏ ਸਿਗਨੇਚਰ ਕਿ ਅਸੀਂ ਇੱਥੇ ਨਹੀਂ ਰਹਿਣ ਦੇਣਾ ਇਹਨੂੰ ਇਹ ਗਲਤ ਹੈਗੀ ਪਹਿਲਾਂ ਵੀ ਕਦੀ ਇਹਨੇ ਇੱਦਾਂ ਦੀ ਹਰਕਤ ਕੀਤੀ ਸੀ ਮੈਂ ਤੁਹਾਨੂੰ ਦੱਸਦਾ ਮੈਂ ਤਿੰਨ ਚਾਰ ਮੁੰਡਿਆਂ ਨਾਲ ਫੜੀ ਕਿ ਮੈਂ ਫੜਿਆ ਜੀ ਇਹ ਅਸੀਂ ਇੱਥੇ ਰਹਿਣ ਦਿਆਂਗੇ ਇੱਦਾਂ ਦੀ ਇਹਨੂੰ ਫਿਰ ਮੁਹੱਲੇ ਦਾ ਮਾਹੌਲ ਖਰਾਬ ਹੁੰਦਾ ਸਰ ਜੀ ਨਹੀਂ ਤੁਸੀਂ ਇਕੱਲੇ ਵਿਸ਼ਾਲ ਦੀ ਗੱਲ ਕਰ ਰਹੇ ਹੈ ਤੁਹਾਡੇ ਸਾਹਮਣੇ ਤੁਹਾਨੂੰ ਕਹਿ ਰਹੇ ਕਿ ਅਸੀਂ ਤਿੰਨ ਚਾਰ ਮੁੰਡਿਆਂ ਦੇ ਨਾਲ ਰੰਗੇ ਹੱਥੀ ਫੜਿਆ ਉਹ ਕਹਿੰਦੇ ਅਸੀਂ ਨੰਬਰ ਦਿੰਦੇ ਫੜਿਆ ਇਹਨੂੰ ਕਿੱਦਾਂ ਦੇਖਦੇ ਹੋ ਪਹਿਲਾਂ ਮੇਰੀ ਗੱਲ ਸੁਣੋ ਉਦੋਂ ਉਸ ਟਾਈਮ ਸੀਗੀ ਮੈਂ ਨਿਆਣੀ ਹਾਂ ਹਾਂ ਨਿਆਣੀ ਮੰਨ ਗਏ ਵਿਆਹ ਕਰ ਦਿੱਤਾ ਅੱਛਾ ਠੀਕ ਆ 17 ਸਾਲ ਦੀ ਜੇ ਮੇਰਾ ਵਿਆਹ ਕੀਤਾ ਸੀ ਮੈਂ ਬਾਣੀ ਕਿਉਂ ਲਾਣੇ ਤੁਹਾਡੇ ਸਾਹਮਣੇ ਮੰਨ ਰਹੀ ਹੈ ਇਹ ਲੈ ਕੇ ਆਈ ਸੀ ਘਰੇ ਮੇਰੇ ਬੋਲ ਨਿਆਣੀ ਸੀ ਉਦੋਂ ਮੈਂ 17 ਸਾਲ ਦੀ ਸੀਗੀ ਵਿਆਹ ਤੁਹਾਡਾ ਲਵ ਮੈਰਿਜ ਸੀ ਪਹਿਲਾਂ ਨਹੀਂ ਅਰੇਂਜ ਮੈਰਿਜ ਸੀ ਉਦੋਂ ਮੈਨੂੰ ਕੋਈ ਸਮਝ ਨਹੀਂ ਸੀ ਅੱਛਾ ਦਾਦਾ ਤਾਂ ਕਹਿਣਾ ਕਿੱਦਾਂ ਸੀ ਮੈਨੂੰ ਮੇਰੀ ਗੱਲ ਸੁਣੋ ਮੇਰੇ ਘਰ ਦੇ ਮੇਰੀ ਮੰਮਾ ਨੇ ਇੰਨੀ ਗੱਲ ਮੈਨੂੰ ਕਹੀ ਸੀ ਵੀ ਤੇਰਾ ਵਿਆਹ ਕਰ ਦੇਣਾ ਮੈਂ ਮੰਮਾ ਨੂੰ ਕਿਹਾ ਸੀ ਮੈਂ ਕਿਹਾ ਮੈਂ ਪੜ੍ਹਨਾ ਵਾ ਮੰਮੀ ਕਹਿੰਦੀ ਘਰ ਬਾਰ ਵਧੀਆ ਵਾ ਠੀਕ ਆ ਜੀ ਬੇਸ਼ੱਕ ਅੱਜ ਗੱਲਾਂ ਹੋਈਆਂ ਨੰਬਰ ਇਹ ਨਿਆਣੀ ਸਿਆਣੀ ਦੇ ਵਿੱਚ ਮੇਰੇ ਤੋਂ ਗਲਤੀਆਂ ਹੋਈ ਪਰ ਹੁਣ ਉਸ ਤੋਂ ਬਾਅਦ ਇਹਨਾਂ ਦੇ ਮੁੰਡੇ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਇਹਦੇ ਮੁੰਡੇ ਨੇ ਮੇਰੇ ਤੋਂ ਸਭ ਕੁਝ ਛੁਡਾਤਾ ਠੀਕ ਆ ਹੁਣ ਆਪ ਉਹ ਪਿੱਛੇ ਹਟਦਾ ਪਿਆ ਕਿਹੜੇ ਗੱਲੋਂ ਪਿੱਛੇ ਹਟਦਾ ਨਹੀਂ ਵਿਸ਼ਾਲ ਨਾਲ ਜਦੋਂ ਤੁਹਾਡੀ ਗੱਲਬਾਤ ਹੋਈ ਫੇਰ ਤੁਸੀਂ ਸਿਆਣੇ ਹੋ ਗਏ ਹਨਾ ਹੁਣ ਤੁਹਾਡੇ ਕਹਿਣ ਦਾ ਮਤਲਬ ਹੈ ਤੁਹਾਡੀ ਉਮਰ ਕਿੰਨੀ ਹੁਣ ਮੇਰੀ ਉਮਰ ਹੈਗੀ ਆ 21 ਸਾਲ ਦੀ
ਤੇ ਵਿਸ਼ਾਲ ਕਿੰਨੇ ਸਾਲ ਦਾ ਵਿਸ਼ਾਲ ਹੈਗਾ ਵਾ 22 23 ਸਾਲ ਦਾ अपने काम कार वाले हो मैं यही कहांगा अपने घर जाओ कोई इतने नहीं कुछ नहीं मिलना जी एवं वेब छुली भी टाइम पास कर रही जी साडा भी टाइम वेस्ट कर रही जी इधर तुहानू कुछ नहीं मिलना मैं तुहानू यही रिक्वेस्ट करांगा तुसी इस मैटर नू इत्थे क्लोज कर दिता जावे ये कुड़ी गलत है तुसी जिन्नू मर्जी पुछ लो और कोई कैमरे सामने ता नहीं आ रहा हर कोई कहंदा जी नहीं मैं गंदे च नहीं जाना चाहुंदा जी इह तां मैनू तां कहना पै रहा मैं महल्ले मूंह तवर बंदा जी 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 ठीक है ना गुरुद्वारे दा सैकटरी हाँ मैं गुरुद्वारा साहब का गुआढ़ी साढ़े इस करे गुआढ़ करे कटिया साढ़ी भी इतने माँ धी रही है इनू कटना इतों बाद इनू मसा कटिया जी ये अज एवं चार साल बाद तीन साल पहले कितों आ गई है इनकी पहला हफ्ता पहला तो मदर हो गई इतने सिर्फ विशाल करके ठीक है जी मेरा उन्हें फोन चकना बंद कर दिता वा केड़ी गलो कर दिता वा एना मैनू नहीं पता वो कित्थे आ हुण जान बुझ के वो लुक गया वा जे ज्यादा सच्चा हुंदा तो मेरे सामने आके मेरे सामने मेरे नाल लड़े ना मैनू बोले आन के मुंडे का नाम भी बजता पे ਸੰਮਨ ਆਏ ਹੋਏ ਸੀ ਇਹਨਾਂ ਦੇ ਮੁੰਡੇ ਨੂੰ ਵੀ ਆਏ ਹੋਏ ਆ ਸੰਮਨ ਗਲਤ ਉਹਦੇ ਮੇਰੇ ਘਰ ਵਾਲੇ ਨੇ ਗਲਤ ਦੇਖਿਆ ਇਹਨਾਂ ਦੇ ਮੁੰਡੇ ਦੇ ਨਾਲ ਦੇਖਿਆ ਵਿਸ਼ਾਲ ਜੀ ਕਿੱਥੇ ਤੁਹਾਡੇ ਬੋਏਫ੍ਰੈਂਡ ਪਤਾ ਨਹੀਂ ਜੀ ਇਹਨਾਂ ਦੇ ਮੈਂ ਤਾਂ ਪੁੱਛ ਰਹੀ ਹਾਂ ਜੀ ਕਿੱਥੇ ਨੇ ਦੱਸੋ ਕਿੱਥੇ ਨੇ ਵਿਸ਼ਾਲ ਜੀ ਇਹਨਾਂ ਦੇ ਲਾਹੌਰ ਤੇ ਹੋਣੇ ਆ ਵਿਸ਼ਾਲ ਜੀ ਦਾ ਘਰ ਜਾਓ ਨਾ ਤੁਸੀਂ ਘਰ ਜਾਓ ਵਿਸ਼ਾਲ ਜੀ ਦਾ ਘਰ ਜਾਣਾ ਪਊਗਾ फिलहाल तस्वीरों के भी देख सकते हो लगातार जड़िया ने हूँ उस मामले के जी है इंसाफ की मांग करने लिए हूँ जी है हूँ मैं पुलिस थाने के जाऊँगी फिलहाल जो मामला से दस दिए जलंधर का यानी कि पंजाब के अंदर जी है मामला है जिथे कि एक लड़की के वलों एक लड़के के उपर इल्जाम लगाए जा रहे कि लगातार जी है वह मेरे नाल काफ़ी समय जरा रिलेशन के लिया हूँ जोड़ा उस तो बाद रिलेशन रहने के बाद हूँ उसके परिवार वालों एक्सैप्ट नहीं किया जा रहा लेकिन परिवार वाले का यह आरोप है लड़के से कि यह लड़की जी है लगातार कई बार मुंडिया के नाल जी है ये फड़ी गई है और काफ़ी बार नंबर एक्सचेंज भी हुए हैं गल्लां करदी फड़ी गई जिसके करके जी है ये सारा मामला फिलहाल उसके परिवार के वलों मना किया जा रहा हूँ वो लड़की जी है मुक्ति के उपर खड़ी और हूँ थाने जाने दी गल्लां ने उस लड़की के वलों कीतियां जा रही हैं कि थाने जाके जी कंप्लेंट है वो की जाएगी इस गली के विचकार है उस विशाल नामक लड़के का परिवार वाले जड़े ने एक्सैप्ट नहीं कर रहे फिलहाल ये तस्वीर जड़िया ने जलंधर दिन साझिया कर रहे हैं तुम देख सकते हो तस्वीर के लड़की के वलों फिलहाल इन्होंने तस्वीर लेने नवी ताज़ा खबरें देखते रहो जलंधर टाइम्स धन्यवाद।